ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਲਾਸਟ ਵੀਕ ਤੋਂ ਹੁਣ ਤੱਕ ਜਦੋਂ ਮੈਂ ਪ੍ਰੋਗਰਾਮ ਕਰਕੇ ਗਿਆ ਪਿਛਲੇ ਵੀਕ ਸਾਡੇ ਨਾਲ ਮਾਣਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਉਚੇਚੇ ਤੌਰ 'ਤੇ ਸਾਡੇ ਸਟੂਡੀਓ ਆਏ ਹੋਏ ਸੀ ਕਈ ਜਗ੍ਹਾ ਬਹੁਤ ਚੰਗੇ ਉਹਨਾਂ ਨੇ ਆਪਦੇ ਵਿਚਾਰ ਰੱਖੇ ਹਰ ਹਰ ਮੁੱਦੇ ਦੇ ਉੱਤੇ ਦਰਸ਼ਕੋ ਅੱਜ ਆਪਾਂ ਗੱਲ ਕਰ ਲਈਏ ਪਿਛਲੇ 24 ਘੰਟਿਆਂ ਜੋ ਕੁਛ ਵਾਪਰਿਆ ਚਾਹੇ ਉਹ ਫਰਾਂਸ ਦੇ ਰਾਸ਼ਟਰਪਤੀ 'ਤੇ ਹਮਲਾ ਹੋਣਾ ਹੋਵੇ ਚਾਹੇ ਉਹ ਸੈਂਟਰਲ ਗੌਰਮੈਂਟ ਇੰਡੀਆ ਵੱਲੋਂ ਕੀਤੀ ਗਈ ਵੈਕਸੀਨ ਦੀ ਜਿਹੜੀ ਨਵੀਂ ਪ੍ਰਾਈਸ ਤੈਅ ਕੀਤੀ ਜਾਣੀ ਹੋਵੇ ਤਾਂ ਉਸ ਤੋਂ ਬਾਅਦ ਇੱਕ 5ਵੀਂ ਗ੍ਰੇਡ ਦੀ ਬੱਚੀ ਵੱਲੋਂ ਸੁਪਰੀਮ ਕੋਰਟ ਨੂੰ ਥੈਂਕ ਯੂ ਲੈਟਰ ਲਿਖ ਲਿਆ ਜਾਣਾ ਵੈਕਸੀਨ ਵਾਸਤੇ ਅਤੇ ਸੁਪਰੀਮ ਕੋਰਟ ਦਾ ਉਹਦੇ ਉੱਤੇ ਬਹੁਤ ਵਧੀਆ ਟਿੱਪਣੀ ਆਉਣੀ ਕਿ ਇਹ ਅੱਗੇ ਜਾ ਕੇ ਬੜੀ ਅੱਛੀ ਨਾਗਰਿਕ ਬਣੂਗੀ ਉਦੋਂ ਬਾਅਦ ਆਪਾਂ ਗੱਲ ਕਰੀਏ ਕਿ ਆਪਣੇ ਗੁਰੂ ਸਾਹਿਬ ਦੀ ਫੋਟੋ ਬੀੜੀ ਦੀ ਬੰਡਲਾਂ 'ਤੇ ਆਉਣਾ ਅਤੇ ਹੁਣ ਨਵਾਂ ਪਿਛਲੇ 24 ਘੰਟਿਆਂ ਤੋਂ ਜਿਹੜੀ ਨਵੀਂ ਚੀਜ਼ ਵਾਪਰ ਗਈ ਹੋਇਆ ਕਿ ਭਗਵਾਨ ਸ਼ਿਵ ਦੀ ਫੋਟੋ ਵੀ ਕਿਸੇ ਵਾਈਨ ਦੇ ਗਲਾਸ 'ਤੇ ਕਿਸੇ ਨੇ ਉਤਾਰੀ ਸੀਗੀ ਇਹ ਪਿਛਲੇ 24 ਘੰਟਿਆਂ ਦੇ ਵਿੱਚ ਨਿਊਜ਼ ਆਈ ਹੈ ਕਿਸੇ ਸ਼ਰਾਰਤੀ ਤੱਤਵ ਨੇ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੈ ਇੱਦਾਂ ਦੇ ਸ਼ਰਾਰਤੀ ਤੱਤਵ ਹਰ ਜਗ੍ਹਾ ਹੁੰਦੇ ਨੇ ਔਰ ਹੁੰਦੇ ਰਹਿਣਗੇ ਦੁਨੀਆ ਖਤਮ ਨਹੀਂ ਹੋਈ ਹਾਲੇ ਅਤੇ ਉਸ ਤੋਂ ਬਾਅਦ ਚੱਲਦੇ ਹਾਂ ਕਿ ਨਵੀਂ ਜਿਹੜੀ ਇੱਕ ਖਬਰ ਆਈ ਹੈ ਬੜੀ ਦੁਖਦਾਈ ਆਗਰਾ ਦੇ ਹੌਸਪੀਟਲ ਦੇ ਵਿੱਚ 20-22 ਜਾਨਾਂ ਚਲੇ ਜਾਣੀਆਂ ਕਿਉਂਕਿ ਆਕਸੀਜਨ ਦੀ ਸਪਲਾਈ ਘੱਟ ਹੋ ਗਈ ਸੀ ਉਹਦੇ ਪਿੱਛੇ ਤਰ੍ਹਾਂ ਤਰ੍ਹਾਂ ਦੀਆਂ ਡਿਟੇਲਸ ਨਿਕਲ ਕੇ ਆ ਰਹੀਆਂ ਸੱਚਾਈ ਕੀ ਆਉਣ ਵਾਲਾ ਵਕਤ ਦੱਸੇਗਾ ਉਸ ਤੋਂ ਬਾਅਦ ਆਪਾਂ ਦੱਸਦੇ ਹਾਂ ਕਿ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਜਿਹੜਾ ਹੈ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਜੋ ਹੈ ਉਹ ਅੱਜ ਘੋਸ਼ਿਤ ਕਰ ਦਿੱਤਾ ਗਿਆ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲੀ ਉਹਨਾਂ ਦਾ ਵੀਡੀਓ ਕਾਨਫਰੰਸ ਰਾਹੀਂ ਉਸ ਚੀਜ਼ ਦਾ ਉਦਘਾਟਨ ਕੀਤਾ ਗਿਆ ਬੜੀਆਂ ਪ੍ਰਤੀਕਿਰਿਆਵਾਂ ਆਈਆਂ ਅੱਡ ਅੱਡ ਸਟੇਟਾਂ 'ਚੋਂ ਉਸ ਚੀਜ਼ ਬਾਰੇ ਆਪਾਂ ਉਹ 'ਚ ਨਹੀਂ ਜਾਂਦੇ ਕਿਉਂਕਿ ਆਪਣੇ ਨਾਲ ਅੱਜ ਨਵੇਂ ਮਹਿਮਾਨ ਜੁੜੇ ਹੋਏ ਨੇ ਇੰਡੀਆ ਤੋਂ ਪਹਿਲਾਂ ਤਾਂ ਉਹਨੂੰ ਵਧਾਈ ਦੇ ਪਾਤਰ ਨੇ ਕਿ ਉਹਨਾਂ ਦੀ ਸਰਕਾਰ ਬਚ ਗਈ ਜਦੋਂ ਮੱਧ ਪ੍ਰਦੇਸ਼ ਦੀ ਸਰਕਾਰ ਅਪ ਐਂਡ ਡਾਊਨ 'ਚ ਚੱਲ ਰਹੀ ਸੀ ਉਸ ਤੋਂ ਬਾਅਦ ਥੋੜ੍ਹਾ ਜਿਹਾ ਭੁਚਾਲ ਜੋ ਹੈ ਰਾਜਸਥਾਨ ਸਰਕਾਰ 'ਚ ਵੀ ਆਇਆ ਦਰਸ਼ਕੋ ਉਹ ਉਹਦੇ ਬਾਰੇ ਵੀ ਚਰਚਾ ਕਰਾਂਗੇ ਮੇਰੇ ਨਾਲ ਜਿਹੜੇ ਮੁਹੱਜ਼ਜ਼ ਮਹਾਨ ਮਹਿਮਾਨ ਬਣੇ ਹੋਏ ਨੇ ਮੇਰੇ ਕਹਿਣ ਤੋਂ ਭਾਵ ਕਿ ਇਸ ਸ਼ਖਸ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਰ ਬੁਲੰਦ ਆਪਣੇ ਆਪ ਕੋ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਕਿ ਬੋਲ ਤੇਰੀ ਰਜ਼ਾ ਕਿਆ ਹੈ ਦਰਸ਼ਕੋ ਇਹਨਾਂ ਨੇ ਆਪਦੀ ਮਿਹਨਤ ਨਾਲ ਇੱਕ ਸਫਲ ਬਿਜ਼ਨਸਮੈਨ ਹੀ ਨਹੀਂ ਬਣੇ ਸਫਲ ਸਮਾਜ ਸੇਵੀ ਨਹੀਂ ਬਣੇ ਇਹ ਇੱਕ ਸਫਲ ਨੇਤਾ ਦੇ ਵਜੋਂ ਵੀ ਉੱਭਰ ਕੇ ਆਏ ਨੇ ਖਾਸ ਕਰਕੇ ਮੇਰੇ ਹੋਮ ਟਾਊਨ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਬਿਲੋਂਗ ਕਰਦੇ ਹਾਂ ਅਤੇ ਮੇਰੇ ਕਹਿਣ ਤੋਂ ਭਾਵ ਰਾਜਸਥਾਨ ਦੇ ਪੂਰਵ ਮੰਤਰੀ ਸਿਟਿੰਗ MLA ਸ਼੍ਰੀ ਕਰਨਪੁਰ ਵਿਧਾਨ ਸਭਾ ਦੇ ਸਾਡੇ ਮੁਅੱਜ਼ਜ਼ਮਾਨ ਬਣ ਗਏ ਨੇ ਪਹਿਲਾਂ ਨਾਲ ਸਵਾਗਤ ਕਰਾਂਗੇ ਮੇਰੇ ਕਹਿਣ ਤੋਂ ਭਾਵ ਸਰਦਾਰ ਗੁਰਮੀਤ ਸਿੰਘ ਕੁੰਨਰ ਸਾਡੇ ਨਾਲ ਬਣੇ ਹੋਏ ਨੇ ਬਹੁਤ ਸਾਰੇ ਜਿਹੜੇ ਆ ਸਵਾਲਾਂ ਦੇ ਜਵਾਬ ਨਾਲ ਤੁਲਾਂਗੇ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਕੁੰਨਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਜਸ ਪੰਜਾਬੀ ਦੇ ਮੰਚ 'ਤੇ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਲਈ ਜੀ ਕੁੰਨਰ ਸਾਹਿਬ ਪਹਿਲਾਂ ਤਾਂ ਸਿਹਤ ਦੱਸੋ ਜੀ ਤੁਹਾਡੀ ਸਿਹਤ ਠੀਕ ਠਾਕ ਹੈ ਜੀ ਪਰਿਵਾਰ ਠੀਕ ਹੈ ਸਾਰਾ ਸਿਹਤ ਠੀਕ ਹੈ ਪਰਿਵਾਰ ਸਾਰਾ ਠੀਕ ਹੈ ਠੀਕ ਹੈ ਸਭ ਵਧੀਆ ਠੀਕ ਹੈ ਜੀ ਕੁੰਨਰ ਸਾਹਿਬ ਮੈਂ ਥੋੜਾ ਜਿਹਾ ਘੜੀ ਜੀ ਨਿਕਲ ਗਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਕਰੋਨਾ ਨੇ ਕਈ ਦਿਨ ਬੰਦ ਰੱਖਿਆ ਸੀ ਠੀਕ ਹੈ ਚਲੋ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਕੁੰਨਰ ਸਾਹਿਬ ਮੈਂ ਥੋੜਾ ਜਿਹਾ ਪਿੱਛੇ ਜਾਊਂਗਾ ਅੱਜ ਦੀ ਘਟਨਾਵਾਂ ਤੋਂ ਜਦੋਂ ਮੱਧ ਪ੍ਰਦੇਸ਼ ਦੀ ਸਰਕਾਰ ਬੜੇ ਉਤਾਰ ਚੜਾਵ ਸੀ ਅਖੀਰ ਉਹ ਗਿਰ ਗਈ ਭਾਰਤੀ ਜਨਤਾ ਪਾਰਟੀ ਵੱਲੋਂ ਦੁਆਰਾ ਉਹਨੂੰ ਆਪਦੀ ਸਰਕਾਰ ਬਣਾ ਲਿਆ ਗਿਆ ਉਸੇ ਵਕਤ ਇੱਕ ਧੜਾ ਸਚਿਨ ਪਾਇਲਟ ਦਾ ਗੁੱਸੇ ਰਾਜੀ ਹੋ ਕੇ ਜੋ ਵੀ ਸੀਗਾ ਉਹ ਅੱਡ ਹੋਇਆ ਬੜੇ ਅਪ ਐਂਡ ਡਾਊਨਸ ਆਏ ਪਰ ਅਖੀਰ ਜੋ ਹੈ ਤੁਸੀਂ ਲੋਕ ਵਧਾਈ ਦੇ ਪਾਤਰੋਂ ਕਿ ਆਪਦੀ ਸਰਕਾਰ ਬਚਾਉਣ 'ਚ ਕਾਮਯਾਬ ਰਹੇ ਇਹਦੇ ਵਿੱਚ ਜਿਹੜਾ ਸਟਰੋਂਗ ਲੀਡਰਸ਼ਿਪ ਅਸ਼ੋਕ ਗਹਿਲੋਤ ਜੀ ਦੀ ਉਹ ਮੰਨੀ ਜਾਊਗੀ ਜਾਂ ਫਿਰ ਸਚਿਨ ਪਾਇਲਟ ਤੁਹਾਡੇ ਨੇ ਹੀ ਸੋਚਿਆ ਕਿ ਯੂ ਟਰਨ ਘਰੇ ਵਾਪਸ ਜਾਣਾ ਹੀ ਚੰਗਾ ਹੈ ਇਹਨਾਂ 'ਚੋਂ ਕਿਹੜੀ ਗੱਲ ਸੀ ਜੀ ਗੱਲ ਤਾਂ ਇੱਕੋ ਹੀ ਸੀ ਕਿ ਜਿੰਨੇ MLA ਸੀਗੇ 102 MLA ਸੀਗੇ ਅਸੀਂ ਜੀ ਸਭ ਇਸ ਗੱਲ 'ਤੇ ਅੜੇ ਹੋਏ ਸੀ ਕਿ ਸਰਕਾਰ ਨਹੀਂ ਗਿਰਨ ਦੇਣੀ ਜੀ ਚਾਹੇ ਕੁਛ ਵੀ ਹੋ ਜਾਏ ਅਤੇ ਬੜੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਸਾਰੇ MLA ਦਾ ਜੀ ਇੱਕ ਮਹੀਨਾ ਲਗਾਤਾਰ ਹੋਟਲ 'ਚ ਬੈਠੇ ਰਹੇ ਜੀ ਰਸ ਤੋਂ ਮਛ ਨਹੀਂ ਹੋਏ ਲੇਕਿਨ ਸਰਕਾਰ ਬਚਾਉਣ ਲਈ ਸਭ ਦਾ ਪ੍ਰਯਾਸ ਸੀਗਾ ਬਹੁਤ ਥੋੜ੍ਹੇ ਦਿਨਾਂ ਤੋਂ ਸਰਕਾਰ ਗਿਰ ਜਾਣੀ ਔਰ ਉਹ ਵੀ ਵਿਰੋਧੀ ਪਾਰਟੀ ਦੇ ਸ਼ਹਿ ਨਾਲ ਜੀ ਜੀ ਕਾਂਗਰਸ ਪਾਰਟੀ ਨੂੰ ਬੜਾ ਧੱਕਾ ਲੱਗਣਾ ਸੀਗਾ
ਇੰਨੀ ਜਲਦੀ 4-1 ਸਾਲ ਬਾਅਦ ਚੋਣਾਂ 'ਚ ਕੋਈ ਜਾਣਾ ਨਹੀਂ ਚਾਹੁੰਦਾ ਸੀਗਾ। ਜੀ ਸਭ ਨੇ ਬੜੇ ਪੂਰੇ 102 MLA ਨੇ ਸਾਥ ਦਿੱਤਾ। ਜੀ ਸਚਿਨ ਪਾਇਲਟ ਜੀ ਕੋਲ ਉਹ ਆਂਕੜਾ ਜਿੰਨਾ ਚਾਹੀਦਾ ਸੀ ਜੁਟਾ ਨਹੀਂ ਪਾਇਆ। ਜੀ ਤਾਂ ਵਾਪਿਸ ਹਾਈ ਕਮਾਨ ਨੇ ਜੋ ਨਿਰਦੇਸ਼ ਦਿੱਤੇ ਪਾਇਲਟ ਸਾਹਿਬ ਨੂੰ, ਉਹਨਾਂ ਦੇ ਨਿਰਦੇਸ਼ ਮੰਨਦੇ ਹੋਏ ਉਹ ਵੀ ਪਾਰਟੀ 'ਚ ਵਾਪਿਸ ਆ ਗਏ। ਆਪਦੀ ਗੱਲ ਕੀਤੀ ਉਹਨਾਂ ਨੇ, ਕੋਈ ਜੋ ਵੀ ਉਹਨਾਂ ਨੂੰ ਪੀੜਾ ਸੀਗੀ ਜੀ 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 ਪੀੜਾ ਕਰਕੇ, ਤਾਂ ਹਾਊਸ 'ਚ ਆਏ, ਹਾਊਸ 'ਚ ਆ ਕੇ ਪਾਰਟੀ ਦਾ ਸਮਰਥਨ ਕੀਤਾ ਔਰ ਅੱਜ ਵੀ ਕਰ ਰਹੇ ਆ। ਜੀ ਲੰਬਾ ਚੌੜਾ ਕਨਵਾ ਹੈ, ਇਹਦੇ ਵਿੱਚ ਛੋਟੀਆਂ ਮੋਟੀਆਂ ਪਾਰਟੀ 'ਚ ਗੱਲਾਂ ਹੁੰਦੀਆਂ ਰਹਿੰਦੀਆਂ। ਜੀ ਉਹ ਮਿਲ ਬੈਠ ਕੇ ਮਾਨਯ ਮੁੱਖ ਮੰਤਰੀ ਜੀ ਅਸ਼ੋਕ ਗਹਿਲੋਤ ਜੀ ਬੜੇ ਸੁਲਝੇ ਹੋਏ ਨੇਤਾ ਹੈ। ਜੀ 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 ਉਹ ਕੋਈ ਗੱਲ ਛੋਟੀ ਮੋਟੀ ਹੁੰਦੀ ਵੀ ਹੈ, ਪਿਛਲੇ ਦਿਨਾਂ ਜਿਵੇਂ ਮਹਾਰਾਮ ਜੀ ਨੇ ਅਸਤੀਫਾ ਦਿੱਤਾ ਜੀ ਜੀ ਤਾਂ ਉਹਨੂੰ ਸੋਰਟ ਆਊਟ ਕਰ ਲਿਆ ਗਿਆ, ਉਹਦੀ ਜੋ ਉਹਦੀ ਪੀੜਾ ਸੀਗੀ ਸੁਣ ਲਈ ਗਈ ਜੀ। ਅਤੇ ਅੱਜ ਸਭ ਸ਼ਾਂਤੀ ਹੈ, ਜੀ ਠੀਕ ਹੈ ਜੀ। ਤੁਸੀਂ ਗੱਲ ਕੀਤੀ ਸੀ ਕੁੰਨਰ ਸਾਹਿਬ ਕਿ ਔਖੀ ਘੜੀ 'ਚੋਂ ਨਿਕਲ ਗਏ, ਪਰਮਾਤਮਾ ਹੁਣ ਅੱਗੇ ਤੋਂ ਬਚਾਈ ਰੱਖੇ, ਅਸੀਂ ਅਰਦਾਸ ਕਰਾਂਗੇ। ਕੁੰਨਰ ਸਾਹਿਬ ਮੈਂ ਵੀ ਗਿਆ ਸੀ ਉਹਨਾਂ ਦਿਨਾਂ 'ਚ 2020 'ਚ, ਮੈਂ ਵੀ ਸਟੱਕ ਹੋ ਗਿਆ ਸੀ, ਪਰ ਮੈਂ ਸਲਿਊਟ ਕਰਦਾ ਤੁਹਾਨੂੰ, ਖਾਸ ਕਰਕੇ ਦੋ ਜ਼ਿਲ੍ਹਿਆਂ ਨੂੰ। ਮੈਂ ਹਨੂੰਮਾਨਗੜ੍ਹ ਸਟੱਕ ਹੋ ਗਿਆ ਸੀਗਾ, ਹਨੂੰਮਾਨਗੜ੍ਹ ਦਾ ਜ਼ਿਲ੍ਹਾ ਪ੍ਰਸ਼ਾਸਨ CMO ਤੁਹਾਡਾ ਗੰਗਾਨਗਰ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ CMO ਸਾਹਿਬ ਸਾਰੇ, ਬਹੁਤ ਹੀ ਕਮਾਂਡੇਬਲ ਕੰਮ ਕੀਤਾ ਤੁਸੀਂ, ਬਹੁਤ ਹੀ ਵਧੀਆ ਅਨੁਸ਼ਾਸਨ 'ਚ ਰਹਿ ਕੇ ਹਰ ਬੰਦੇ ਨੂੰ, ਜੋ ਇੱਦਾਂ ਪੰਜਾਬ 'ਚ ਦੇਖ ਰਹੇ ਸੀ ਕਿ ਪੁਲਿਸ ਜਾਤੀ ਕਰ ਰਹੀ ਹੈ, ਉਹ ਆਪਣੇ ਨਹੀਂ ਵਰ ਪਿਆ, ਤੁਸੀਂ ਇਹ ਕਮਾਂਡੇਬਲ ਕੰਮ ਕੀਤਾ ਵਧਾਈ ਦੇ ਪਾਤਰੋਂ। ਹੁਣ ਆਪਾਂ ਗੱਲ ਕਰਦੇ ਹਾਂ ਕੁੰਨਰ ਸਾਹਿਬ, ਮੇਰਾ ਕੁਐਸਚਨ ਹੈ ਇੱਥੇ ਬੈਠੇ ਆਪਣੇ ਏਰੀਏ ਦੇ ਸਾਰੇ ਬੰਦਿਆਂ ਦਾ ਕਿ, ਔਰ ਸਾਰੇ ਇਨਸਾਨਾਂ ਦਾ ਕੁਐਸਚਨ ਹੈ ਕੁੰਨਰ ਸਾਹਿਬ, ਕਿ ਤੁਸੀਂ ਵਿਧਾਨ ਸਭਾ 'ਚ ਗੱਲ ਚੱਕ ਰਹੇ ਹੋ, ਜਿਹੜਾ ਪੰਜਾਬ ਆਪਣੀ ਜਿਹੜੀ ਗੰਗ ਕਨਾਲ ਹੈ, ਆਪਣੀ ਰਾਜਸਥਾਨ ਕਨਾਲ ਹੈ, ਜਿਹੜਾ ਪਾਣੀ ਆ ਰਿਹਾ ਕੁੰਨਰ ਸਾਹਿਬ ਉਹ ਬਹੁਤ ਹੀ ਦੂਸ਼ਿਤ ਆ ਰਿਹਾ। ਉਹ ਚਾਹੇ ਆਪਾਂ ਲੁਧਿਆਣੇ ਤੋਂ ਪਿੱਛੇ ਚਲੇ ਜਾਈਏ, ਬੁੱਢੇ ਨਾਲੇ ਦਾ ਜੋ ਉਹਦੇ ਵਿੱਚ ਪੈ ਰਿਹਾ ਆ, ਜਾਂ ਫਿਰ ਜਿੰਨੀਆਂ ਫੈਕਟਰੀਆਂ ਨੇ ਪੰਜਾਬ ਦੀਆਂ, ਇੰਡਸਟਰੀ ਲੱਗੀ ਹੋਈ ਹੈ, ਉਹ ਸਾਰਾ ਵਿੱਚ ਪੈ ਰਿਹਾ ਆ। ਤੁਸੀਂ ਸ਼ਾਇਦ ਸਾਧੂ ਵਾਲੀ ਹਾਈਟ ਜਾ ਕੇ ਆ ਕਿਤੇ ਵੀ ਚੈੱਕ ਕੀਤਾ ਹੋਣਾ, ਅੱਜ ਤੋਂ 20-25 ਸਾਲ ਪਹਿਲਾਂ ਤੁਸੀਂ ਤਾਂ ਸਾਰਾ ਕੁਝ ਦੇਖਿਆ ਆਪਦੇ ਹੱਥਾਂ 'ਚ, ਉਹ ਪਾਣੀ ਦੀ ਕੁਆਲਿਟੀ ਨਹੀਂ ਹੈ ਜੋ ਅੱਜ ਤੁਸੀਂ ਦੇਖ ਰਹੇ ਹੋ। ਕੀ ਤੁਸੀਂ ਇਹ ਚੀਜ਼ਾਂ ਚੱਕ ਰਹੇ ਹੋ ਵਿਧਾਨ ਸਭਾ 'ਚ, ਤਾਂ ਕਿ ਆਪਣਾ ਏਰੀਆ ਉਹ ਮਾਲਵਾ ਬੈਲਟ ਨਾ ਬਣ ਸਕੇ ਜਿਹੜੀ ਕੈਂਸਨਟ੍ਰੇਟ ਜਾਂਦੀ ਹੈ ਬੀਕਾਨੇਰ ਨੂੰ? ਦੇਖੋ ਇਹ ਮਾਮਲਾ ਬਿਲਕੁਲ ਸਹੀ ਹੈ ਕਿ ਪੰਜਾਬ 'ਚੋਂ ਪੀਣ ਲਾਇਕ ਪਾਣੀ ਨਹੀਂ ਆ ਰਿਹਾ। ਪੰਜਾਬ ਵਾਲਿਆਂ 'ਤੇ ਜੁਰਮਾਨੇ ਵੀ ਲੱਗੇ, NGT ਨੇ ਫੈਸਲਾ ਵੀ ਰਾਜਸਥਾਨ ਦੇ ਹੱਕ 'ਚ ਕੀਤਾ ਜੀ, ਪੰਜਾਬ ਨੂੰ ਟ੍ਰੀਟਮੈਂਟ ਲਗਾਉਣ ਦੇ ਆਦੇਸ਼ ਵੀ ਦਿੱਤੇ, ਲੇਕਿਨ ਥੋੜ੍ਹਾ ਬਹੁਤ ਕੰਮ ਕਰਕੇ ਪੰਜਾਬ ਫਿਰ ਪਿੱਛੇ ਹਟ। ਅੱਜ ਕੱਲ੍ਹ 8 ਜ਼ਿਲ੍ਹੇ ਜਿਹੜੇ ਰਾਜਸਥਾਨ ਦੇ ਆ, ਜਿੱਥੇ IGNP ਗੰਗ ਕਨਾਲ ਭਾਖੜਾ ਦਾ ਪਾਣੀ ਆਉਂਦਾ ਜੀ, ਉਹ ਬਿਲਕੁਲ ਪੀਣ ਲਾਇਕ ਨਹੀਂ ਹੈ। ਭਾਖੜਾ ਦਾ ਕੁਛ ਪਾਣੀ ਪਹਿਲਾਂ ਪੀਣ ਲਾਇਕ ਹੁੰਦਾ ਸੀ ਜਦੋਂ ਉਹਨੂੰ ਰਾਜਸਥਾਨ ਦੇ ਕਨਾਲ ਦੇ ਮਾਰਫਤ ਲੈਣ ਲੱਗ ਗਏ ਜੀ, ਲਗਭਗ ਉਹ ਵੀ ਉੱਦਾਂ ਦਾ ਹੀ ਹੋ ਗਿਆ ਜੀ। ਸਭ ਤੋਂ ਬੜੀ ਬਿਮਾਰੀ ਜਬ ਤੱਕ ਪੰਜਾਬ ਜਦੋਂ ਤੱਕ ਇਸ 'ਤੇ ਦਖਲ ਪੂਰਾ ਨਹੀਂ ਕਰੇਗਾ ਨਾ ਗੌਰ ਜੀ ਜੀ ਜੀ। ਕੱਲ੍ਹ ਵੀ ਮੈਂ ਦੇਖ ਰਿਹਾ ਸੀ, ਅਸੀਂ ਵੀ ਲਿਖਿਆ, ਸਾਡੇ ਚੀਫ ਸੈਕਟਰੀ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਲਿਖਿਆ ਜੀ ਕਿ ਪਾਣੀ 'ਚ ਸੁਧਾਰ ਕਰੋ, ਇਹਦੇ ਦਾ ਟ੍ਰੀਟਮੈਂਟ ਜਿਹੜਾ ਪਲਾਂਟ ਲੱਗਣੇ ਆ ਉਹ ਲਗਾਓ, ਦੂਸ਼ਿਤ ਪਾਣੀ ਨਾ ਦਿਓ ਸਾਨੂੰ। ਲੇਕਿਨ ਪੰਜਾਬ ਥੋੜ੍ਹਾ ਢਿੱਲਾ ਚੱਲ ਰਿਹਾ ਇਸ ਮਾਮਲੇ 'ਤੇ, ਗੌਰ ਨਹੀਂ ਕਰ ਰਿਹਾ। ਕੇਂਦਰ ਸਰਕਾਰ ਨੇ ਵੀ ਦਖਲਅੰਦਾਜ਼ੀ ਕੀਤੀ ਹੈ ਜੀ, ਪੰਜਾਬ ਨੂੰ ਫਟਕਾਰ ਵੀ ਮਾਰੀ ਹੈ। ਬਾਰ ਬਾਰ ਕੋਈ ਵੀ ਪੰਜਾਬ 'ਚ ਜਿਹੜੇ ਲੀਡਰ ਬੈਠਦਾ ਹੈ ਉਹ ਰਾਜਸਥਾਨ ਦੇ ਲੋਕਾਂ ਦਾ ਇੰਨਾ ਧਿਆਨ ਨਹੀਂ ਕਰ ਰਿਹਾ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ। ਐਟ ਦ ਸੇਮ ਟਾਈਮ ਕੁੰਨਰ ਸਾਹਿਬ ਇਸ ਸਮੱਸਿਆ ਜੀ ਜੀ ਇਸ ਸਮੱਸਿਆ ਉਦੋਂ ਤੱਕ ਚੱਲਦੀ ਰਹਿਣੀ ਹੈ ਜਦ ਤੱਕ ਪੰਜਾਬ ਸਰਕਾਰ ਆਪਦਾ ਰੁੱਖ ਸਾਫ਼ ਨਹੀਂ ਕਰਦੀ, ਸਾਫ਼ ਕਰਕੇ ਇਮਾਨਦਾਰੀ ਨਾਲ ਉਸ ਪਾਣੀ 'ਤੇ ਟ੍ਰੀਟਮੈਂਟ ਪਲਾਂਟ ਲਗਾ ਕੇ ਗੰਦਾ ਪਾਣੀ ਬੰਦ ਪਾਉਣਾ ਬੰਦ ਨਹੀਂ ਕਰਦੇ। ਉਦੋਂ ਤੱਕ ਰਾਜਸਥਾਨ ਕੋਲ ਤਾਂ ਕੋਈ ਇਲਾਜ ਹੀ ਨਹੀਂ ਸਿਵਾਏ ਕਹਿਣ ਤੋਂ, ਸੁਣਨ ਤੋਂ, ਆਪਦਾ ਬਿਆਨ ਕਰਨ ਤੋਂ। ਭਾਗੇ ਕੀ ਵਿਡੰਬਣਾ ਹੈ ਕਿ ਜਿਹੜੀਆਂ ਖਨੌਰੀ ਲਾਗੋਂ ਨਹਿਰਾਂ ਹਰਿਆਣੇ ਨੂੰ ਨਿਕਲਦੀਆਂ ਆ, ਉਹ ਉੱਥੋਂ ਸਿਰੇ ਤੋਂ ਸਰਹੰਦ ਤੋਂ ਜਾਂ ਉਦੋਂ ਪਿੱਛੋਂ ਨਿਕਲ ਜਾਂਦੀਆਂ, ਤਾਂ ਉਹਨਾਂ ਨੂੰ ਫਿਰ ਵੀ ਥੋੜ੍ਹਾ ਬਹੁਤ ਸਾਫ਼ ਪਾਣੀ ਮਿਲਦਾ ਆਪਣੇ ਨਾਲੋਂ। ਆਪਣੀ ਪ੍ਰੋਬਲਮ ਇਹ ਹੈ ਕਿ ਸਤਲੁਜ ਅਤੇ ਉਸ ਤੋਂ ਬਾਅਦ ਬਿਆਸ, ਉਹ ਸਾਰਾ ਇੰਡਸਟਰੀਅਲ ਏਰੀਆ ਕੱਟ ਕੇ, ਚਾਹੇ ਤੁਸੀਂ ਜਲੰਧਰ ਤੋਂ ਲੈ ਕੇ ਜਾਂ ਇੱਧਰੋਂ ਤਰਨ ਤਾਰਨ ਦੇ ਕੋਲੋਂ ਲੈ ਕੇ ਫਿਰੋਜ਼ਪੁਰ 'ਤੇ ਆ, ਸਾਰਾ ਸਾਰਾ ਇੰਡਸਟਰੀਅਲ ਏਰੀਆ ਜਿਹੜਾ ਕੱਟ ਕੇ ਆਪਣੇ ਕੋਲ ਪਹੁੰਚਦਾ ਹੈ। ਕੁਛ ਨਾ ਕੁਛ ਕਰਨਾ ਪਊਗਾ ਕੁੰਨਰ ਸਾਹਿਬ, ਅਦਰਵਾਈਜ਼ ਨਾਟ ਓਨਲੀ ਕਿ ਆਪਣੇ ਹਿਊਮਨ ਜਿਹੜੇ ਬਾਡੀਜ਼ ਹੈ ਉਹਨਾਂ 'ਤੇ ਇਫੈਕਟ ਪੈਣਗੇ, ਇਟ ਇਜ਼ ਗੋਇੰਗ ਟੂ ਇਫੈਕਟ ਆਪਾਂ ਨੂੰ ਫਸਲਾਂ 'ਤੇ, ਪਸ਼ੂਆਂ 'ਤੇ, ਹਰ ਜਗ੍ਹਾ ਇਫੈਕਟ ਕਰਨਾ ਸ਼ੁਰੂ ਕਰ ਦਊਗਾ। ਸ਼ਾਇਦ ਤੁਸੀਂ ਥੋੜ੍ਹਾ ਬਹੁਤ ਅਸਰ ਦੇਖਿਆ ਵੀ ਹੋਵੇ,
ਕੁਨਰ ਸਾਹਿਬ ਇੱਕ ਬੜੀ ਇਹ ਗੱਲ ਤੁਹਾਡੀ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਹਰਿਆਣਾ ਨੂੰ ਪਾਣੀ ਜਾਂਦਾ ਨਾ ਪਾਖੜੇ ਤੋਂ ਨਿਕਲ ਕੇ ਨੰਗਲ ਹੋ ਕੇ ਬਾਹਰੋਂ ਬਾਹਰ ਨਿਕਲ ਜਾਂਦਾ ਜੀ 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 ਉੱਥੇ ਕੋਈ ਫੈਕਟਰੀਆਂ ਨਹੀਂ ਹੈ ਹੋਊਗੀ ਤਾਂ ਇੱਕ ਅੱਧੀ ਹਾਂਜੀ ਪੰਜਾਬ 'ਚ ਬਾਕੀ ਜਿਹੜਾ ਗੰਗਾਨਗਰ ਜਾਂ ਰਾਜਸਥਾਨ ਨੂੰ ਪਾਣੀ ਆਉਂਦਾ ਹਰੀ ਕੇ ਬੈਰਾਜ ਤੋਂ ਜੀ 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 ਇਹ ਪੂਰੇ ਪੰਜਾਬ ਦੇ ਨਦੀ ਨਾਲੇ ਸੀਵਰੇਜ ਸਾਰੇ ਇਹਦੇ 'ਚ ਪੈਂਦੇ ਆ ਪੂਰੀ ਇੰਡਸਟਰੀ ਜੀ ਬੜੇ ਪੂਰੀ ਇੰਡਸਟਰੀ 'ਚ ਜਦ ਤੱਕ ਇਹ 'ਚ ਭਾਰਤ ਸਰਕਾਰ ਪੂਰਾ ਦਖਲ ਅੰਦਾਜ਼ ਕਰਕੇ ਸਟ੍ਰਿਕਟਲੀ ਕੋਈ ਕਦਮ ਨਹੀਂ ਉਠਾਉਂਦੀ ਨਾ ਰਾਜਸਥਾਨ ਦੇ ਕਹੇ ਤਾਂ ਰਾਜਸਥਾਨ ਤਾਂ 20 ਸਾਲਾਂ ਤੋਂ ਲੱਗਿਆ ਹੋਇਆ ਜੀ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਗੱਲ ਹੁੰਦੀ ਹੈ ਜੀ 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 ਆਸ਼ਵਾਸਨ ਦਿੱਤੇ ਜਾਂਦੇ ਆ ਲੇਕਿਨ ਕੰਮ ਨਹੀਂ ਹੁੰਦਾ ਇਸ ਦੇ ਉੱਤੇ ਜੀ ਜੀ ਗ੍ਰੀਨ ਟੇਬਲ ਟੇਬਲਾਂ ਵਾਲਿਆਂ ਨੇ ਪੰਜਾਬ ਉੱਤੇ ਕਈ ਸੰਸਥਾਵਾਂ ਸਮਾਜਿਕ ਸੰਸਥਾਵਾਂ ਦਿੱਲੀ ਤੱਕ ਪਹੁੰਚੀਆਂ ਗ੍ਰੀਨ ਟਰੈਵਲ 'ਚ ਲਾਇਆ ਵੀ ਕੇਸ ਲਾਇਆ ਕੇਸ 'ਚ ਪੰਜਾਬ 'ਤੇ ਜੁਰਮਾਨਾ ਵੀ ਲਾਇਆ ਜੁਰਮਾਨਾ ਲਾਉਣ ਤੋਂ ਬਾਅਦ ਵੀ ਬਸ ਉਹ ਆ ਨਾਂ 'ਚ ਗੱਲ ਕਰਦੇ ਆ ਲੇਕਿਨ ਇਹ ਗੱਲ ਸਹੀ ਹੈ ਤੁਹਾਡੀ ਅਤੇ ਆਉਣ ਵਾਲੇ ਸਮੇਂ 'ਚ ਸਾਡੇ 8 ਜ਼ਿਲ੍ਹੇ ਬਿਲਕੁਲ ਬਰਬਾਦ ਹੋ ਜਾਣਗੇ ਫਸਲਾਂ ਵੱਲੋਂ ਵੀ ਨਸਲਾਂ ਸਰੀਰਕ ਤੌਰ 'ਤੇ ਵੀ ਆਦਮੀ ਹਾਂ ਜੀ ਜੀ ਫਸਲ ਤਾਂ ਖਰਾਬ ਹੋਏਗੀ ਹੋਏਗੀ ਕਈ ਵਾਰ ਪਾਣੀ ਆਉਂਦਾ ਜੀ ਜਦੋਂ ਪਹਿਲੀ ਵਾਰ ਛੱਡਦੇ ਆ ਹਾਂਜੀ ਹਾਂਜੀ ਉਹ ਪੀਣ ਲਾਇਕ ਤਾਂ ਨਹੀਂ ਹੁੰਦਾ ਲੋਕ ਪੱਠਿਆਂ ਪੁੱਠਿਆਂ ਨੂੰ ਜਾਂ ਖੇਤ 'ਚ ਲਾਉਂਦੇ ਆ ਨਾ ਹਾਂਜੀ ਹਾਂਜੀ ਨੰਗੇ ਪੈਰ ਉਹ ਪਾਣੀ 'ਚ ਵੜ ਜਾਂਦੇ ਆ ਨਾ ਜਿੱਥੇ ਤੱਕ ਉਹ ਪਾਣੀ ਨਹੀਂ ਲੱਗਦਾ ਉੱਥੇ ਤੱਕ ਖੁਜਲੀ ਚਾਲੂ ਹੋ ਜਾਂਦੀ ਹੈ ਬਿਮਾਰੀਆਂ ਤਾਂ ਆ ਹੀ ਰਹੀਆਂ ਹੈ ਜੀ ਕੁੰਨਰ ਸਾਹਿਬ ਆਪਾਂ ਚਾਲੂ ਰੱਖਦੇ ਹਾਂ ਆਪਾਂ ਚਾਲੂ ਰੱਖਦੇ ਹਾਂ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਗੁਰਮੀਤ ਸਿੰਘ ਕੁੰਨਰ ਸਿਟਿੰਗ MLA ਸ਼੍ਰੀ ਕਰਨਪੁਰ ਰਾਜਸਥਾਨ ਤੋਂ ਤੁਸੀਂ ਵੀ ਆਪਦੇ ਸੁਝਾਅ ਰੱਖ ਸਕਦੇ ਹੋ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਆਪਦਾ ਤੁਹਾਡੇ ਰੂਬਰੂ ਹੁਣ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਲੈਥਰਪ ਸਟੂਡੀਓ ਤੋਂ ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਸਰਦਾਰ ਗੁਰਮੀਤ ਸਿੰਘ ਕੁੰਨਰ ਜਿਹੜੇ ਕਿ ਸ਼੍ਰੀ ਕਰਨਪੁਰ ਵਿਧਾਨ ਸਭਾ ਖੇਤਰ ਤੋਂ ਸਿਟਿੰਗ MLA ਨੇ ਕਾਂਗਰਸ ਦੇ ਕੁੰਨਰ ਸਾਹਿਬ ਵੈਲਕਮ ਬੈਕ ਆਫਟਰ ਬ੍ਰੇਕ ਮੇਰਾ ਹੁਣ ਕੁਐਸਚਨ ਇਹ ਹੈ ਕਿ ਇੱਕ ਮੰਦਭਾਗੀ ਘਟਨਾ ਸ਼ਾਇਦ ਤੁਸੀਂ ਵੀ ਸੁਣੀ ਹੋਊਗੀ ਪਿਛਲੇ 10-12 ਘੰਟਿਆਂ ਤੋਂ ਪੂਰੀ ਵਰਲਡ ਦੇ ਵਿੱਚ ਰੂਲ ਆਊਟ ਕਰ ਰਹੀ ਹੈ ਉਹ ਹੈਗੀ ਕਿ ਸਿਰੋਹੀ ਦੇ ਲਾਗੇ ਆਪਣੇ ਰਾਜਸਥਾਨ ਦੀ ਗੱਲ ਹੈ ਸਿਰੋਹੀ ਦੇ ਲਾਗੇ ਇੱਕ ਬੱਚੀ ਇੱਕ ਮਾਤਾ ਪਾਣੀ ਨਾ ਮਿਲਣ ਕਰਕੇ ਪ੍ਰਾਣ ਤਿਆਗ ਜਾਂਦੀਆਂ 6-7 ਮੀਲ ਉਹ ਜੋ ਮਾਰੂਥਲ ਦੇ ਵਿੱਚ ਲਗਾਤਾਰ ਤੁਰਦੀਆਂ ਨੇ ਪਰਮਾਤਮਾ ਨੇ ਸ਼ਾਇਦ ਇੱਦਾਂ ਲਿਖਿਆ ਹੋਊਗਾ ਪਰ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕੁੰਨਰ ਸਾਹਿਬ ਕਿ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਣ ਮੈਂ ਉਸੇ ਚੀਜ਼ ਨੂੰ ਕੋਟ ਕਰਕੇ ਆਪਣੇ ਏਰੀਏ 'ਤੇ ਆਉਣਾ ਹੈ ਜਿਸ ਹਿਸਾਬ ਨਾਲ ਪਾਣੀ ਦੀ ਕਿੱਲਤ ਆ ਰਹੀ ਹੈ ਪਾਣੀ ਦੀ ਕੁਆਲਿਟੀ ਜਿਹੜੀ ਹੈ ਲੋ ਜਾ ਰਹੀ ਹੈ ਔਰ ਉਸ ਤੋਂ ਬਾਅਦ ਪਾਣੀ ਘੱਟ ਵੀ ਰਿਹਾ ਹੈ ਤੁਸੀਂ ਜੇ ਅੱਜ ਤੋਂ 30-35 ਸਾਲ ਪਹਿਲਾਂ ਝਾਤ ਮਾਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਆਪਦੇ ਹੱਥਾਂ ਨਾਲ ਖੇਤੀ ਕਰਦੇ ਹੁੰਦੇ ਸੀਗੇ ਉਦੋਂ ਪਾਣੀ ਜ਼ਿਆਦਾ ਸੀ ਘੱਟ ਗਿਆ ਕੀ ਆਪਣੇ ਕੋਲ ਤੁਸੀਂ ਦਿਮਾਗੀ ਤੌਰ 'ਤੇ ਆਪਣੇ ਆਲੇ ਦੁਆਲੇ ਲੋਕਾਂ ਨੂੰ ਕਿਸਾਨਾਂ ਨੂੰ ਕ੍ਰਾਪ ਡਾਇਵਰਸੀਫਿਕੇਸ਼ਨ ਯਾਨੀ ਕਿ ਘੱਟ ਪਾਣੀ ਵਾਲੀਆਂ ਫਸਲਾਂ 'ਤੇ ਟ੍ਰੇਂਡ ਕਰ ਰਹੇ ਹੋ ਕਿ ਨਹੀਂ ਇੱਦਾਂ ਹੀ ਚੱਲਦਾ ਰਿਹਾ ਤਾਂ ਆਪਾਂ ਵੀ ਉਸ ਦਿਸ਼ਾ ਵੱਲ ਵੱਧ ਰਹੇ ਹਾਂ ਜਿੱਤਰ ਜੋਧਪੁਰ ਜਾਂ ਉਹ ਸਿਰੋਈ ਵਾਲੀ ਘਟਨਾ ਵਾਪਰੀ ਦੇਖੋ ਪਾਣੀ ਅੱਗੇ ਨਾਲੋਂ ਬਹੁਤ ਘਟਿਆ ਜੀ ਗਲੋਬਲ ਬਾਰ 'ਚ ਪਹਾੜਾਂ ਦੀ ਜਿਹੜੀ ਬਰਫ਼ ਸੀ ਪਿਘਲ ਗਈ ਜੀ ਪਾਣੀ ਤਾਂ ਪਹਾੜਾਂ ਤੋਂ ਹੀ ਆਉਂਦਾ ਨਾ ਜੀ ਉੱਥੇ ਬਰਫ਼ ਕੰਮ ਹੋਈ ਜਾਂਦੀ ਹੈ ਅਤੇ ਪਾਣੀ ਕੰਮ ਹੋਈ ਜਾਂਦਾ ਜੀ ਉਸ ਦੇ ਹਿਸਾਬ ਨਾਲ ਕਾਸ਼ਤਕਾਰ ਪਹਿਲਾਂ ਆਪਣੇ ਇਲਾਕੇ 'ਚ ਇੱਥੇ ਗੰਨਾ ਨਰਮਾ ਜ਼ਿਆਦਾ 2 ਹੀ ਫਸਲਾਂ ਬੀਜਦੇ ਸੀ ਜੀ ਉੱਧਰ ਉਹ ਕਣਕ ਬੀਜਦੇ ਸੀ ਹੁਣ ਪਾਣੀ ਦੀ ਤੰਗੀ ਕਰਕੇ ਸਰੋਂ ਬੀਜਣ ਲੱਗ ਗਏ ਛੋਲੇ ਬੀਜਣ ਲੱਗ ਗਏ ਜੌਂ ਬੀਜਣ ਲੱਗ ਗਏ ਹਾਲਾਂਕਿ ਇਹਨਾਂ ਫਸਲਾਂ ਦੀ ਜੌਂ ਤਾਂ ਬੀਜਦੇ ਆ ਕੋਈ ਭਾਅ ਨਹੀਂ ਮਿਲਦਾ ਜੀ ਫਿਰ ਵੀ ਘੱਟ ਪਾਣੀ ਦੀ ਫਸਲਾਂ ਵੱਲ ਜਾਂਦੇ ਆ ਲੇਕਿਨ ਸਾਡੀ ਜ਼ਰੂਰਤ ਹੈ ਹਾਲੇ ਲੋਕ ਸਮਝ ਨਹੀਂ ਰਹੇ ਕਿ ਜਿੰਨਾ ਅੱਜ ਸਾਡੇ ਕੋਲ ਪਾਣੀ ਹੈ ਨਾ ਜੀ ਉਹ ਬਹੁਤ ਹੈ ਅਗਰ ਅਸੀਂ ਡ੍ਰਿਪ ਸਿਸਟਮ 'ਤੇ ਸਪ੍ਰਿੰਕਲਰ 'ਤੇ ਆ ਜਾਈਏ ਡ੍ਰਿਪ ਸਿਸਟਮ ਚਲਾ ਲਈਏ ਫੁਆਰਾ ਸਿਸਟਮ ਚਲਾ ਲਈਏ ਉਹ ਪਾਣੀ ਫਾਲਤੂ ਰਹੇ ਲੇਕਿਨ ਉਹ ਫਲੱਡ ਸਿਸਟਮ ਨਾਲ ਪਾਣੀ ਲਾਉਣ ਦਾ ਚਸਕਾ ਬਣਿਆ ਹੋਇਆ ਜੀ 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 ਉਸੇ ਤਰ੍ਹਾਂ ਪਾਣੀ ਲਾਉਂਦੇ ਆ ਲੋਕ ਕੁੰਨਰ ਸਾਹਿਬ ਆਪਣੇ ਨੇ ਕਾਲਰ ਜੁੜ ਕੇ ਕਾਲ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਕਾਲ ਸਰਦਾਰ ਅਮਰੀਕ ਸਿੰਘ ਜੀ ਸਵਾਗਤ ਜੀ ਤੁਸੀਂ ਆਨ ਏਅਰ ਹੋ ਸਰਦਾਰ ਅਮਰੀਕ ਸਿੰਘ ਜੀ ਤੁਸੀਂ ਆਨ ਏਅਰ ਹੋ ਜੀ
हेलो सत श्री अकाल गुरराज जी, तुसी बड़ा चंगा कीता कूलर साहब नूं लै के आए जे। बड़ा बहुत इन्हां ने तरीके नाल दस्या कि किस तरीके नाल हालात चेंज हो रहा, पानी किन्ना खराब आउण डिया। पर किन्ना चंगा होए जेकर तुसीं पंजाब दे लीडर किसी नूं इस चीज़ नूं लियाओ ते उहनां नूं क्वेश्चन करो भाई ਜਾਵਾਂਗੇ। ਮੇਰਾ ਇੱਕ ਕੁਐਸਚਨ ਹੈ ਕੁਨਰ ਸਾਹਿਬ, ਮੇਰੀ ਜ਼ਿੰਦਗੀ ਹਾਫ ਸੈਂਚੁਰੀ ਦੇ ਨੇੜੇ ਨੇ, ਉਹ ਸ਼ਹਿਰ ਮੈਨੂੰ ਨਹੀਂ ਪਤਾ ਗੱਜ ਸਿੰਘਪੁਰ ਦਾ, ਮੈਨੂੰ ਨਹੀਂ ਪਤਾ ਕਰਨਪੁਰ ਦਾ, ਮੈਨੂੰ ਨਹੀਂ ਪਤਾ ਕੇਸੀ ਸਿੰਘਪੁਰ ਦਾ, ਆਪਣੇ ਪਦਮਪੁਰ ਦਾ, ਮੈਂ ਪ੍ਰਾਈਵੇਟ ਹੋਸਪਿਟਲਾਂ ਦੀ ਗੱਲ ਨਹੀਂ ਕਰ ਰਿਹਾ, ਆਪਣੇ ਪਦਮਪੁਰ ਦਾ ਸਰਕਾਰੀ ਹਸਪਤਾਲ, ਉਹ ਜਿਸ ਸਿਚੁਏਸ਼ਨ 40 ਸਾਲ ਪਹਿਲਾਂ ਸੀ ਉਸੇ ਸਿਚੁਏਸ਼ਨ 'ਚ ਅੱਜ ਹੈ। ਤੁਸੀਂ ਦੇਖਿਆ ਹੋਣਾ ਪਿਛਲੇ 2-3 ਦਿਨਾਂ ਦੇ ਵਿੱਚ ਵੀ ਕੋਈ ਮੰਦਭਾਗੀ ਘਟਨਾ ਜਾਂ ਉੱਥੇ ਕੋਈ ਗੱਲ ਹੋਈ ਹੈ, ਉਹਨੂੰ ਇੰਪਰੂਵ ਕਰਨ ਲਈ ਤੁਸੀਂ ਕੀ ਕਰ ਰਹੇ ਹੋ ਕੁਨਰ ਸਾਹਿਬ? ਉਹ ਉੱਥੇ ਦਾ ਉੱਥੇ ਖੜਾ ਨਹੀਂ, ਉੱਥੇ ਦਾ ਉੱਥੇ ਨਹੀਂ ਹੈ ਜੀ। ਅੱਜ ਤੋਂ ਜੋ 5-7 ਸਾਲ ਪਹਿਲਾਂ ਜੋ ਹਾਲਾਤ ਸੀ ਨਾ, ਉਹ ਨਾਲੋਂ ਬਹੁਤ ਵਧੀਆ ਹਾਲਾਤ ਹੈ। ਪਦਮਪੁਰ ਬਲਾਕ ਨੇ ਜੀ ਕਰੋਨਾ ਦੀ ਮਹਾਂਮਾਰੀ 'ਚ ਇੰਨਾ ਵਧੀਆ ਕੰਮ ਕੀਤਾ ਕਿ ਜਿਹਦੇ ਇੱਕ ਮਿਸਾਲ ਹੈ। ਅੱਜ ਸਾਡੇ ਕੋਲ ਪਦਮਪੁਰ ਹੋਸਪਿਟਲ 'ਚ 10 ਡਾਕਟਰ ਹੈ ਜੀ, ਹਰ ਦਸ਼ਾ ਹੀ ਡਾਕਟਰ ਆਪਦੀ ਡਿਊਟੀ ਨਿਭਾ ਰਹੇ ਆ ਜੀ। ਹਰ ਪਿੰਡ 'ਚ ਹਰ ਘਰ ਤੱਕ ਪਦਮਪੁਰ ਬਲਾਕ ਦੇ ਡਾਕਟਰ, ਨਰਸਿਸ, ਆਸ਼ਾ ਸਹਿਯੋਗਨੀਆਂ, ANM, GNM ਸਭ ਪਹੁੰਚੇ ਆ ਜੀ। ਅਤੇ ਕਰੋਨਾ ਦੇ ਟੀਕਾ ਲਵਾਉਣ ਲਈ ਵੀ ਪ੍ਰੇਰਿਤ ਕੀਤਾ, ਜਿੰਨੇ ਟੀਕੇ ਸਰਕਾਰ ਵੱਲੋਂ ਮਿਲੇ ਉਹ ਇੰਜੈਕਸ਼ਨ ਵੀ ਲਗਾਏ ਆ, ਵੈਕਸੀਨ ਵੀ ਲਗਾਈ ਹੈ ਜੀ। ਲੇਕਿਨ ਪਦਮਪੁਰ, ਉਹ ਪਦਮਪੁਰ ਦਾ ਜਿਹੜਾ ਪੁਰਾਣਾ ਤੇਰੇ ਦਿਮਾਗ 'ਚ ਹੈ ਨਾ ਵੀ ਇੱਦਾਂ ਦਾ ਸੀਗਾ ਨਿਕੰਮਾ ਜਿਹਾ, ਉਹ 5-7 ਸਾਲਾਂ 'ਚ ਉਹਦਾ ਬਹੁਤ ਸੁਧਾਰ ਕੀਤਾ ਹੈਗਾ। ਹੁਣ ਜਲਦੀ ਟੈਂਡਰ ਹੋ ਗਏ ਜੀ ਜੀ, ਆਕਸੀਜਨ ਪਲਾਂਟ ਪਦਮਪੁਰ ਹੋਸਪਿਟਲ 'ਚ ਲੱਗ ਜਾਏਗਾ ਜੀ। ਇੱਕ ਐਂਬੂਲੈਂਸ ਦਾ ਆਰਡਰ ਦੇ ਰੱਖਿਆ 5-7 ਦਿਨਾਂ ਤੋਂ, ਹਾਂਜੀ, ਜਿਹੜੀ ਐਂਬੂਲੈਂਸ ਆਏਗੀ, ਐਂਬੂਲੈਂਸ ਇੱਕ ਸਾਰੇ ਜਨ ਸਹਿਯੋਗ ਨਾਲ ਤਿਆਰ ਕੀਤੀ ਗਈ ਆ ਜੀ। ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਆ ਕਿ ਇੱਕ ਐਂਬੂਲੈਂਸ ਐਸੀ ਹੋਵੇ ਵੈਂਟੀਲੇਟਰ ਵਾਲੀ, ਵੈਂਟੀਲੇਟਰ ਵਾਲੀ, ਮਰੀਜ਼ ਨੇ ਕਿਤੇ ਵੀ ਜਾਣਾ ਜੀ ਵੈਂਟੀਲੇਟਰ ਵਾਲੀ, ਕਿਉਂ ਸਰਕਾਰੀ ਐਂਬੂਲੈਂਸ ਆਉਂਦੀ ਹੈ ਉਹ ਗੰਗਾਨਗਰ ਛੱਡ ਦਿੰਦੀ ਆ ਜੀ। ਗੰਗਾਨਗਰ ਬਦਲੋਗੇ ਤਾਂ ਉਹ ਬੀਕਾਨੇਰ ਦੀ ਸੀਮਾ 'ਤੇ ਛੱਡ ਦਿੰਦੀ ਹੈ। ਐਸੀ ਐਂਬੂਲੈਂਸ ਹੋਵੇ ਪਦਮਪੁਰ ਹਸਪਤਾਲ 'ਚ ਖੜੀ, ਜਿੱਥੇ ਵੀ ਮਰੀਜ਼ ਨੂੰ ਜ਼ਰੂਰਤ ਹੈ ਲਿਜਾਣ ਦੀ, ਉਹਨੂੰ ਲੈ ਕੇ ਜਾਏਗੀ ਔਰ ਸੇਵਾ ਬਿਹਤਰ ਦੇਵੇਗੇ। ਸਰ, ਡਾਕਟਰ ਪਦਮਪੁਰ ਬਲਾਕ 'ਚ ਅੱਛੇ ਹੈ ਜੀ ਜੀ, ਅੱਛਾ ਕੰਮ ਕਰ ਰਹੇ ਹੋ ਜੀ ਜੀ ਜੀ। ਪਹਿਲਾਂ ਵਾਲੀ ਗੱਲਾਂ ਨਹੀਂ ਹੈ, ਕਮ ਸੇ ਕਮ 400 ਦੀ OPD ਹੈ ਪਦਮਪੁਰ 'ਚ ਅੱਜ ਕੱਲ੍ਹ ਜੀ, ਇੰਨੇ ਮਰੀਜ਼ ਆਉਂਦੇ ਆ। ਕੁਨਰ ਸਾਹਿਬ, ਇਹ ਚਾਹੇ ਹਸਪੀਟਲ ਵਾਲੀ ਗੱਲ ਹੋਵੇ ਜਾਂ ਅਗਲੀ ਗੱਲ ਜਿਹੜੀ ਮੈਂ ਪੁੱਛਣ ਜਾ ਰਿਹਾ, ਇਹਦੇ ਵਿੱਚ ਤੁਹਾਡਾ ਜਾਂ ਤੁਹਾਡੀ ਪਾਰਟੀ ਦਾ ਇਕੱਲਿਆਂ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਹੋਰ ਪਾਰਟੀਆਂ ਦੇ MLA ਅਤੇ ਮੰਤਰੀ ਵੀ ਬਣਦੇ ਰਹੇ ਓਵਰ ਦਾ ਪੀਰੀਅਡ ਟਾਈਮ। ਮੇਰਾ ਕੁਐਸਚਨ ਇਹ ਹੈ, ਆਪਾਂ ਪ੍ਰਾਈਵੇਟ ਸਕੂਲਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਕਿਸੇ ਹੋਰ ਨਹੀਂ, ਤੁਸੀਂ ਕਾਲਜ ਖੋਲ੍ਹਿਆ, ਤੁਸੀਂ ਵਧਾਈ ਦੇ ਪਾਤਰੋਂ, ਬਹੁਤ ਵਧੀਆ ਕੀਤਾ। ਮੈਂ ਗੱਲ ਕਰ ਰਿਹਾ ਕੀ ਕਾਰਨ ਹੈ, ਆਪਾਂ ਗੰਗਾਨਗਰ ਸ਼ਹਿਰ ਨੂੰ ਛੱਡਦੀ, ਕੀ ਕਾਰਨ ਹੈ ਪਦਮਪੁਰ, ਗੱਜ ਸਿੰਘਪੁਰ, ਕਰਨਪੁਰ, ਕੋਈ ਸਰਕਾਰ ਵੱਲੋਂ ਵਿੱਦਿਅਕ ਅਦਾਰਾ ਐਡਾ ਵੱਡਾ ਨਹੀਂ ਲਾਇਆ ਗਿਆ ਕਿ ਜਿੱਥੇ ਆਮ ਬੰਦਾ, ਆਮ ਗਰੀਬ ਆਦਮੀ ਆਪਣੇ ਬੱਚੇ ਬੱਚੀ ਨੂੰ ਬਿਨਾਂ ਫੀਸ ਦਿੱਤੇ ਪੜ੍ਹਾ ਸਕੇ? ਕੀ ਤੁਸੀਂ ਇਸ ਲਈ ਕੋਈ ਉਪਰਾਲਾ ਕਰ ਰਹੇ ਹੋ? ਖੈਰ, ਹੋ ਸਕਦਾ ਤੁਹਾਡੇ ਧਿਆਨ ਨਹੀਂ ਹੈ, ਕਰਨਪੁਰ 'ਚ ਜਿਹੜਾ ਗਿਆਨ ਜੋਤੀ ਕਾਲਜ ਸੀ ਨਾ ਪ੍ਰਾਈਵੇਟ ਜੀ, ਉਹਦਾ ਸਰਕਾਰੀਕਰਨ ਹੋ ਗਿਆ ਔਰ ਐਡਮਿਸ਼ਨ ਚਾਲੂ ਹੈ ਜੀ। ਪਦਮਪੁਰ 'ਚ ਹਾਲੇ ਪਹਿਲਾਂ ਕਰਨਪੁਰ ਉਹ ਚਾਲੂ ਹੋ ਜਾਏ, ਆਪਣਾ ਪੁਰਾਣਾ ਹੈੱਡਕੁਆਰਟਰ ਹੈ ਉਹ, ਉੱਥੇ ਬਾਰਡਰ ਦਾ ਕਾਫੀ ਏਰੀਆ ਪੈਂਦਾ ਹੈ। ਪਦਮਪੁਰ 'ਚ ਇਹਦਾ ਪ੍ਰਾਈਵੇਟ 3-4 ਕਾਲਜ ਖੁੱਲ੍ਹ ਗਏ, ਇਸ ਕਰਕੇ ਪਹਿਲਾਂ ਕਰਨਪੁਰ ਜ਼ਰੂਰੀ ਸੀਗਾ, ਉੱਥੇ ਸਰਕਾਰੀ ਕਾਲਜ ਸ਼ੁਰੂ ਹੋ ਗਿਆ ਜੀ। ਕੋਈ ਆਈਟੀ ਹਬ ਸਾਡੇ ਬਾਰਡਰ ਜੀ, ਆਈਟੀ ਹਬ ਪਦਮਪੁਰ ਖੁੱਲਿਆ ਹੋਇਆ? ਨਹੀਂ ਨਹੀਂ, ਉਹ ਤਾਂ 73 LNP 'ਚ ਠੀਕ ਹੈ, ਉਹ ਸਰਕਾਰੀ ਆ ਜਾਂ ITI ਦਾ? ਸਰਕਾਰੀ ਕਰਨਪੁਰ 'ਚ ITI ਹੈ ਜੀ ਜੀ ਜੀ। ਪਦਮਪੁਰ ਬਹੁਤ ਵੱਡਾ ਹੈ, ਉਧਰ LNP ਏਰੀਆ 'ਚ ਜੀ ਜੀ, ਅੱਜ ਤੋਂ 6 ਸਾਲ ਪਹਿਲਾਂ ਬਣਾਤਾ ਸੀ ਮੇਰੇ ਟਾਈਮ 'ਚ
जी जी बहुत वधिया काफ़ी कुनर साहब। पर जो चीज़ा अजकल है दी जो जिहड़ी चल रही खबरां उत्थों निकल के आ रहीयां, ओह आ रहीयां कि सानू एडमिशन नहीं मिलदा, सरकार वल्लों प्रॉपर ग्रांट नहीं दित्ती जांदी। पर हुण अगला क्वेश्चन मेरा ये है कि जिहड़ी करोना महामारी चली है, कुनर साहब तुसीं देखिया होणा कि त्रासदी वड्डे शहरां च, छोटे कस्बिआं च, अपने गंगानगर प्राइवेट हॉस्पिटलों छड़ दिए, मैदानता नूं या कोई होर हॉस्पिटल्स नूं छड़ दिए, उत्थे भी लिमिटेड वेंटीलेटर्स ने। रब ना करे कोई इदां दी फिर त्रासदी आ जाए कि अपने एरिए दे विच तुसीं कोई प्लानिंग कर रहे हो कि वड्डा हॉस्पिटल होवे और जिहड़ा गरीब है और आराम नाल जा सके तो आपका इलाज करा सके। देखो करोना जड़ी महामारी आई जी उस तो पहला कोई ऐसी लैब नहीं सी जी जिथे दी जांच हुए साडे राजस्थान दे अपने दे कोई टेस्ट सी ना वो पूना हो के आंदे सी जी जी इत्थों टेस्ट जांदे सी पूना टेस्ट हो के फिर पता लगदा सी कि पॉजिटिव है कि नेगेटिव है। नेगेटिव है जी। लेकिन अज दी तरीक च राजस्थान सरकार ने इन्ना काम कीता है कि हर ब्लॉक च हर CSC हर PSC जांच केंद्र खुल गए, जी 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 कोई जाओ आपकी जांच कराओ। वैक्सीन का जिथे तक मामला है भी ये महामारी ना फैले, भारत सरकार का मामला है, भारत सरकार लगी हुई है, एकदम तो देखो कोई चीज़ बन नहीं जाती, जी फैक्ट्रियाँ तैयार हो रही हैं, जिमें जिमें तैयार हो जाती है उमें उमें लगी जाती है, सरकार लाई जानियाँ, जी डिमांड ज़्यादा है, आपूर्ति घट हो रही है, जी जी उस 2 महीनों से सारा सिस्टम सही हो जाएगा। सारिया सरकार लगी हैं, केंद्र सरकार लगी है, जड़िया राज्य सरकार अपने स्तर पर लगी हुई हैं। जी 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 आने वाले समय च अगर कोई ऐसी गल होंगी है ना जी मेडिकल वास्ते राजस्थान का हर पिंड तैयार है किसी भी बीमारी का सामना करने वास्ते। जी अपने निके मोट जिन्या भी CSCAं हैं PSCAं हैं सारे च ऑक्सीजन पहुँचाती है, सारे च कंसंट्रेटर आ गए हैं, जी दवाइयां तीन तीन बारी किटा बंडतियां, फूड पैकेट जितनी जरूरत पी है उन्होंने दिते जा रहे हैं। लेकिन सब चाहे सरकारी तौर पर है चाहे प्राइवेट तौर पर है लोग एक दूजे की मदद करके बड़े खुश हो रहे हैं कि कोई दिक्कत नहीं आई है इस महामारी से। जिमें पिछली बार लॉकडाउन लग्या सीगा पहली बार जी तराई तराई मच गई सी, अज जी वो नहीं है, बिल्कुल ही नहीं है। कोई लोग गिने चुने लोग आए हैं कि साढ़े को राशन नहीं है, नहीं तो सारे अपने आप खुद लड़न को तैयार है। जी 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 कुनर साहब, रब ना करे यहो जी त्रासदी, ये जिहड़ी थर्ड वेव की गल हो रही, रब ना करे यह इदां दी आवे। निक्कियां मोटियां गल्लां तां चलदियां रहिंदियां चलदियां आईयां ने, आपां अगे वधदे आं। कुनर साहब की कारण है तुसीं देखियो कि इस टाइम जिहड़ा फार्मर प्रोटेस्ट है, जिहड़ा किसान अंदोलन है, वह वर्ल्ड दे विच सार तो वड्डा अंदोलन बन के आया है। इस तो पहला अंदोलन हुंदे रहे कुछ महीनों लई जाके खत्म हुंदे रहे। की कारण है कि अपना एरिया दे विच प्रोटेस्ट दे विच इन्ना तकड़ा होके उभर के क्यों नहीं आया जी उत्थे किसान अंदोलन दे, जिद्दां पंजाब ते हरियाणा ते कुछ पार्ट जिहड़े UP दे नाल रगे हुए। देखो वो तो कुछ ऐसे सी कि वो लोग नज़दीक सी जी जदों ये अंदोलन पीक पीक ते सीगा ना उस वेले हजारां ही आदमी अपने गंगानगर तो गए, हनुमानगढ़ तो गए, जी जाके उत्थे कोई 10 दिन ला के आया, 15 दिन ला के आया, दूरी ज़्यादा, मजबूरियां भी है किसान दियाँ, जी सरकार वाल देखने सी कि सरकार कोई गलबात करेगी, जी 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 लेकिन केंद्र सरकार ने तो एकदम मुँह ही बंद कर लिया कि इन्हां नाल गल ही नहीं करनी, गल करनी है तो बेतुकी करनी है, जी इस करके सारिया का मन खट्टा हो गया कि सरकार ने कुछ करना तो है नहीं, खज्जल होने नाल घर रोलन नाल कोई मतलब नहीं। जी जी फिर जी। भी मैं उन्हों का बड़ा शुक्रिया करता कि जेडे अज भी उत्थे डटे हुए है ते अपनी मंग लैके बैठे है, जी लेकिन सरकार सिवाए तंग करने तो दूसरा कोई काम नहीं कर रही कि उन्होंने बुलावे टेबल टाक करे, कुछ आप दी दसन, कुछ उन्होंने सुनन, सुन के बेचदा रस्ता निकले, कोई भी ऐसी गल नहीं होंगी कि कोई रस्ता नहीं निकलता, जी जी लेकिन जी सरकार गल ही नहीं कर रही तो फिर की इलाज है, अपने हाथ तो कुछ है नहीं, जी जी स्टेटा ने जी हाथ कुछ है नहीं। कुनर साहब एक किसान अंदोलन ते मेरा एक होर क्वेश्चन है, पर आपां नूं रुकना पै रहा है एक छोटी जी ब्रेक लई। दर्शकों साडे नाल बने होए ने सरदार गुरमीत सिंह कुनर कनपुर तों, MLA राजस्थान तों। आपां नूं रुकना पै रहा है एक छोटी जी ब्रेक लई, इसे तरह बने रहो जस पंजाबी।
स्वागत जी तुहाडा सारयां दा फेयर प्रोग्राम ओपन प्लेटफॉर्म जस पंजाबी दे मंच तों। अपने नाल बने होए ने माननीय गुरमीत सिंह कुनर जिहड़े कि श्री करनपुर विधानसभा क्षेत्र तों सिटिंग MLA ने, पहलां मंत्री वी रह चुके ने। कुनर साहब, नशियां तों लै के कुनर साहब, पहलां आपां गल्लां सुणदे हुंदे सी कि पंजाब दे विच तरह तरह के नशे ने, चिट्टा काला जो भी नाम देना किसी ने, पर हुण जिहड़ियां छिटपुट घटनावां तों लैके थोड़ियां होर वध रहियां ने, चाहे तुसीं पिछले 24 घंटियां च कमूंड वाली एक अरैसट पई है या एक दो अरैसटां पईआं अनूपगढ़ एरिए दे विच, जिहड़े कि नशा वध रहा है, ये की कारण है कुनर साहब कि यूथ कोल कम दी घाट है या कोई अवेसलेपण दा कारण है या लॉ एंड ऑर्डर च कमी है? पहलां अपने लई गल्लां हुंदियां नहीं सी, की कारण है जी इहदा? सब तो वड्डा कारण तो यह है कि जदों तो पोस्ट बंद होया ना जी, जेडे पोस्ट का नशा करते सी जी जी, वो लोग गोलियां ते चले गए कैमिकल नशे ते, तो बहुत सारे नौजवान जेडे लोग छुप के पोस्ट लेंदे सी वो गोलियां ते आ गए। फिर गोलियां जेडियां चल रही ना नशे वालियां, बेरोजगारी ने ਨੌਜਵਾਨਾਂ ਨੂੰ ਉਧਰ ਕੰਮ ਵੀ ਲਾ ਤਾ ਜੀ 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 ਜੀ, ਔਰ ਆਪਣੇ ਪੁਲਿਸ ਰੋਜ਼ ਦੇ ਮੁਕੱਦਮੇ ਬਣਾਉਂਦੀ ਹੈ। ਇੱਕ ਮਿੰਟ ਕੋਲ ਸਾਹਿਬ ਨੇ ਕਾਲਰ ਜੁੜ ਗਿਆ ਆਪਾਂ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਅਟਵਾਲ ਸਾਹਿਬ, ਤੁਸੀਂ ਔਨ ਏਅਰ ਹੋ ਜੀ। ਅਟਵਾਲ ਸਾਹਿਬ ਕੀ ਕਹਿਣਾ ਚਾਹੋਗੇ? ਸਰਦਾਰ ਗੁਰਮੀਤ ਸਿੰਘ ਜੀ ਔਨ ਏਅਰ ਨੇ। ਹਾਂਜੀ ਗੁਰਲਾਲ ਭਾਜੀ, ਸਤਿ ਸ਼੍ਰੀ ਅਕਾਲ। ਕੁਨਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦਾ, ਸਾਡੇ ਰੂਬਰੂ ਹੋਣ ਦਾ। ਤੇ ਇੱਕ ਸਵਾਲ ਸੀਗਾ ਜੀ, ਜਿੱਦਾਂ ਆਪਣੇ ਹਰੀ ਕੇ ਪੱਤਣ ਸੋ ਪ੍ਰਵਾਸੀ ਪੰਛੀ ਆਪਣੇ ਬਹੁਤ ਆਉਂਦੇ ਜੀ, 60,000 ਪ੍ਰਵਾਸੀ ਪੰਛੀ ਦੇ ਕਰੀਬ ਹਰ ਸਾਲ ਆਉਂਦੇ ਆ ਜੀ, ਤੇ 2019 ਦੇ ਵਿੱਚ 18,000 ਜਿਹੜੇ ਪ੍ਰਵਾਸੀ ਪੰਛੀ ਸੀ ਜੀ, ਆਪਣੇ ਰਾਜਸਥਾਨ ਦੀ ਸਾਂਬਰ ਲੇਕ ਉਹਦੇ ਵਿੱਚ ਮਾਰੇ ਪਾਏ ਸੀਗੇ ਜੀ ਬੈਕਟੀਰੀਆ ਕਰਕੇ। ਸੋ ਜਿੱਦਾਂ ਪੋਲਿਊਸ਼ਨ ਦੀ ਚੀਜ਼ ਵੱਧ ਰਹੀ ਆ ਜੀ, ਸੋ ਇਹਦੇ ਵਾਸਤੇ ਕਿਸ ਤਰੀਕੇ ਦੀ ਤਵੱਜੋ ਤੁਸੀਂ ਸਰਕਾਰ ਵੱਲੋਂ ਦੇ ਰਹੇ ਹੋ ਕਿ ਪਾਣੀ ਆਪਣਾ ਸਾਫ਼ ਸੁਥਰਾ ਰਹੇ, ਕਿਉਂਕਿ ਜੇ ਪ੍ਰਵਾਸੀ ਪੰਛੀ ਆ ਜੀ, ਇਹ ਆਪਣੇ ਕਲਾਈਮੇਟ ਵਾਸਤੇ ਬਹੁਤ ਜ਼ਰੂਰੀ ਆ ਕਿ ਉੱਥੇ ਆਉਂਦੇ ਰਹਿਣ ਅਤੇ ਤੰਦਰੁਸਤੀ ਦੇ ਨਾਲ ਹਰ ਸਾਲ ਆਪਣਾ ਪ੍ਰਵਾਸ ਕਰਦੇ ਰਹਿਣ ਜੀ। ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ, ਕੋਈ ਹੋਰ ਕੁਐਸਚਨ? ਜੀ ਨਹੀਂ, ਇਹ ਸੀ ਜੀ, ਧੰਨਵਾਦ ਜੀ। ਧੰਨਵਾਦ ਕੁਨਰ ਸਾਹਿਬ। ਦੱਸਦਾ ਇਹ ਗੁਰਤੇਜ ਅਟਵਾਲ ਹੈ ਜੀ, ਆਪਣੇ ਸਿਟੀ ਆਫ ਟ੍ਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ ਇੱਥੇ। ਹਾਂਜੀ ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਇਹਨਾਂ ਨੇ ਜੋ ਇਹਨਾਂ ਨੇ ਗੱਲ ਕੀਤੀ ਹੈ ਨਾ, ਬੜੀ ਸਹੀ ਹੈ ਜੀ ਜੀ। ਪ੍ਰਵਾਸੀ ਪੰਛੀ ਸਾਹਿਬ ਏਰੀਆ ਤੋਂ, ਇਹਨਾਂ ਮੁਲਕਾਂ ਤੋਂ ਠੰਡ ਪੈਂਦੀ ਜਦੋਂ ਪੰਜਾਬ 'ਚ ਰਾਜਸਥਾਨ 'ਚ ਆਉਂਦੇ ਆ, ਖਾਸ ਕਰ ਉਹ ਦਰਿਆ ਦੇ ਕਿਨਾਰੇ ਆਉਂਦੇ ਆ ਜਿੱਥੇ ਉਹਨਾਂ ਨੂੰ ਛੋਟੀ ਛੋਟੀ ਮੱਛੀਆਂ ਖਾਣ ਨੂੰ ਮਿਲ ਜਾਂਦੀਆਂ, ਆਹ ਗੰਦੇ ਪਾਣੀ ਦੀ ਵਜ੍ਹਾ ਨਾਲ ਹੀ ਉਹਨਾਂ ਦੀਆਂ ਮੌਤਾਂ ਹੋਈਆਂ। ਇੱਕ ਤ੍ਰਾਸਦੀ ਰਾਜਸਥਾਨ 'ਚ ਵੀ ਹੋਈ ਸੀ ਸਾਂਬਰ ਲੇਕ 'ਤੇ ਜੀ, ਜਿੱਥੇ ਕਿ ਉਹ ਝੀਲ ਦਾ ਪਾਣੀ ਖਰਾਬ ਹੋਣ ਨਾਲ ਉੱਥੇ ਜਿਹੜੇ ਪੰਛੀ ਆਏ ਸੀ ਮਰੇ। ਰਾਜਸਥਾਨ ਸਰਕਾਰ ਨੇ ਬੜੇ ਉੱਚੇ ਪੱਧਰ 'ਤੇ ਉਹਨਾਂ ਦੀ ਜਾਂਚ ਕੀਤੀ, ਜਾਂਚ ਕਰਕੇ ਉਹਨਾਂ ਦੇ ਇਲਾਜ ਕੀਤੇ, ਅਤੇ ਉਸ ਤੋਂ ਬਾਅਦ ਜੋ ਉਹਦਾ ਸੁਧਾਰ ਕੀਤਾ ਜੀ ਜੀ। ਫਿਰ ਕੋਈ ਐਸੀ ਘਟਨਾ ਨਹੀਂ ਘਟੀ ਰਾਜਸਥਾਨ ਦੇ ਅੰਦਰ ਕਿ ਕੋਈ ਐਡੇ ਵੱਡੇ ਪੱਧਰ 'ਤੇ ਕੋਈ ਪੰਛੀ ਮਰੇ ਹੋਣ। ਰਾਜਸਥਾਨ ਸਰਕਾਰ ਸੁਚੇਤ ਹੈ, ਪੰਛੀ ਕੋਈ ਵੀ ਨਹੀਂ ਮਰਨਾ ਚਾਹੀਦਾ, ਆਦਮੀ ਕੋਈ ਨਹੀਂ ਮਰਨਾ ਚਾਹੀਦਾ। ਸਰਕਾਰ ਦਾ ਹਰ ਸੰਭਵ ਪ੍ਰਯਾਸ ਹੈ ਕੋਈ ਭੁੱਖ ਨਾਲ ਨਾ ਮਰੇ, ਬਿਮਾਰੀ ਨਾਲ ਨਾ ਮਰੇ। ਤੁਸੀਂ ਦੇਖ ਰਹੇ ਹੋ ਕਿ ਰਾਜਸਥਾਨ ਇੱਕ ਪਹਿਲੀ ਉਹ ਸਟੇਟ ਹੈ ਜੀ ਜਿਹੜੀ ਹਰ ਆਦਮੀ ਦਾ ਜੀ ਜੀ ਇਲਾਜ ਫਰੀ ਕਰ ਰਹੀ ਹੈ, ਹਰ ਜਾਨਵਰਾਂ ਦਾ ਇਲਾਜ ਫਰੀ ਕਰ ਰਹੀ ਹੈ ਜੀ ਜੀ। ਪੂਰਾ ਪੈਸਾ ਸਰਕਾਰ ਦਿੰਦੀ ਹੈ, ਲੇਕਿਨ ਬਹੁਤ ਦੁੱਖ ਦੀ ਗੱਲ ਹੈ, ਉਸ ਤੋਂ ਬਾਅਦ ਵੀ ਕੋਈ ਨਾ ਕੋਈ ਜਾਨ ਚਲੀ ਜਾਂਦੀ ਹੈ ਜਿਹਨੂੰ ਬਚਾ ਨਹੀਂ ਪਾਉਂਦੇ ਜੀ ਜੀ। ਲੇਕਿਨ ਸਰਕਾਰ ਸੁਚੇਤ ਹੈ, ਚਾਹੇ ਪੰਛੀ ਹੈ, ਪੰਛੀ ਹੈ, ਪਸ਼ੂ ਹੈ, ਆਦਮੀ ਹੈ ਜੀ ਜੀ। ਪੂਰਾ ਪੈਸਾ ਲਾ ਕੇ ਇਨਫਰਾਸਟ੍ਰਕਚਰ ਬਹੁਤ ਸੋਹਣਾ ਕਲੀਅਰ ਕੀਤਾ ਤੁਸੀਂ। ਪੂਰਾ ਸਰਕਾਰ ਨੇ ਇੰਤਜ਼ਾਮ ਕਰ ਰੱਖਿਆ ਕਿ ਕਿਤੋਂ ਸੂਚਨਾ ਆਵੇ ਉੱਥੇ ਟੀਮ ਪਹੁੰਚਦੀ ਹੈ, ਜਾਂਚ ਕਰਦੀ ਹੈ, ਉਹਦਾ ਇਲਾਜ ਕਰਦੀ ਹੈ, ਪਰ ਅੱਗੇ ਤੋਂ ਘਟਨਾ ਨਾ ਹੋਵੇ ਉਹਦਾ ਇੰਤਜ਼ਾਮ ਵੀ ਕਰਦੀ ਹੈ, ਜੋ ਕਮੀਆਂ ਦੂਰ ਕਰਦੀ ਹੈ
जी जी कुनर साहब, गोइंग बैक टू द लास्ट क्वेश्चन, जिहड़ा मैं तुहानूं दस्सिया भी अरैसट पैरी करीब क्योंकि तुसीं देखिया होना अपने गंगानगर डिस्ट्रिक्ट च या तुसीं अपनी तहसील च पदमपुर देखिया होना कि नशे वाल रुझान वध रहा आ। तुसीं दस रहे सीगे कि बहुत वड्डा कारण है कि नशे दीआं गोलियां ते आ गए, उहदे वल आपां होर झात मारियो, तुसीं की कह रहे सीगे? मैं कह रहा सी कि लोग पहला गुजे गुजे लगे हो सके पोस्ट ते जी, डोडा डोडा पोस्ट जो ठेके खुले सी ना जी जी, उदो जिन्ने भी अपने जट्टां दे मुंडे जां होर जातियां दे सीगे, अच्छा, ठेके ते जांदे उहनां नूं कई वार असीं पुछदे यार तू की करना, उह सीरियां लेली चले आ, अच्छा, जदकि उह आदि खुद हो चुके सीगे। लेकिन जदों पोस्ट मिलना बंद हो गया और बंद था, उस तो बाद कोई स्मगलिंग करके लियांदा भी है मध्य प्रदेश चो जी, तो 5-5 हज़ार रुपए का किलो दिंदे है, इन्ना वो लै नहीं सकते, गोलियां का 10 रुपए का पत्ता आना वो लैके खाण लग गए, हौली हौली जो बंदा खाण लग जाता वो बेचण लग जाता, बेचण लग जाता तो एक दिन फड़िया जाता है। अज गंगानगर जिले च जी 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 जेलां जड़ियां भरिया हुई ना वो सारिया गोलियां वालिया नाल ही है जी जी, अपने करणपुर जेल च जगह नहीं है भाई, वो जगह नशेड़िया ने फुल करती, कोई अनूपगढ़ भेजे, कोई बीकानेर भेजे, मतलब पुलिस लगी हुई है, प्रशासन लग्या होया, सरकार लगी हुई है भी किस तरह नशा खत्म होवे। चिकनू साहब अपने ने कॉलर जुड़ गए, अपन कॉलर ले लिए जी। डॉक्टर साहब बहुत बहुत स्वागत जी, ऑन एयर हो, कुनर साहब भी ऑन एयर ने। हाँ जी, सत श्रीकाल जी गुरलाल जी। सत श्रीकाल जी, सत श्रीकाल डॉक्टर साहब। हाँ जी, सत श्रीकाल सरदार गुरमीत सिंह रानवे। सत श्रीकाल जी, मेरा अज के विषय से यह सवाल है जी। पहला तो मैं इन्हों का धन्यवाद करता जिन्होंने बहुत चंगा प्रोग्राम कर रहे हैं जी जी, और राजस्थान स्टेट जी है वो इकोनॉमिक ग्रोथ वाल जा रही है, जिवें इन्होंने प्रोग्राम दसे वो मैं सारे इन्हां नाल सहमत हाँ, अच्छी स्टेट है जी। और ये अच्छा काम कर रहे हैं, पर हुण इह गल आउंदी पंजाब दे पानिया की ते नहरां की, जित्थों गल शुरू होई सी जी। देखो एक सियासी मुद्दा है, पंजाब चो ये पानी कुछ हरियाणे में जाता तो कुछ पंजाब में जाता, कुछ राजस्थान में जाता जी, राजस्थान जी, पर ये दोनों बेनीफिशरी स्टेट हैं जी। हुण जिहड़ा हरी के पुत्तन का पानी है वो ठीक है, तो सारे पंजाब चो लंघ के जाके रिजरवायर पानी है और उत्थे इंडस्ट्रियल वेस्ट जिहड़े आ उहदे च ऐड हो जांदे आ, कोई दो रावां नहीं है जी। पर मैं ये कहना चाहना ये साडी समाजिक सिटीजन की प्रॉब्लम है, पर यूपी के गंगा च भी बहुत सारा गंद जिहड़ा है वह सुटिया जाता है। अच्छा हुण इत्थों ये गल आउंदी है, अगर ये सियासी प्रॉब्लम है, कुनर साहब ने कितने कहा कि पंजाब साडे स्वच्छता वास्ते पानी से ध्यान नहीं दे रहा जी, हुण पंजाब पानी भी दवे, हुण मैं इन्हां नूं पुछना यह चाहना भी सेंट्रल गवर्नमेंट कोल भी एनवायरमेंटल प्रोटेक्शन एजेंसी के थले फंड है गया क्लीनिंग ऑफ वाटर, आई एम श्योर राजस्थान कोल भी है गए हैं जी। पानी अगर इन्हां नूं मिलता है तो पंजाब स्टेट नूं एक तो यह चीज है ये तो उन्होंने क्लीनिंग करने वास्ते कुछ पैसे दे दें, पंजाब नूं तो सारे पासों लोगों ने एक किस्म का ड्रेन ही कर लिया। हुण मेरा अगला क्वेश्चन यह है कि जिहड़े साडे एम एल ए बनते हैं, मैनू इन्हां दा आदर मान है, सारे एम एल ए दा, सारे कंट्री दा, सारे एम पी दा भी आदर मान है, पर यह लोग लैजिस्लेशन बनाने वाले लोग हैं, ये लोग ला बनाने वाले लोग हैं, ये लोग इंडस्ट्री नूं परमिट देने वाले लोग हैं, ये जिहड़े पॉलिटिशियन है, साडी ये गवर्नमेंट है डेमोक्रेटिक गवर्नमेंट दी, पर यह क्या उन्हां ते रेगुलेशन पेपर दे विच इंडिया सब तो चंगा कंट्री है जो कुछ इन्होंने लिख के रखे, अमरीका नालों भी बैटर ला है, पर लाज नूं इन्हां लोकां नूं एमएलए एमपीआं मिनिस्टरां नूं लवाउणे चाहीदे आ। मैनूं इन्हां कोल इह मेरा सवाल है सारी इस भूमिका च भई इह उन्हां इंडस्ट्रीज ते प्रेशर पाउण, पंजाब गवर्नमेंट ते मत पाउण, और पंजाब गवर्नमेंट नूं भी अपने इंडस्ट्रीज ते प्रेशर पाउणा चाहीदा, इवें इवें इन्हां नूं हर स्टेट च पाउणा चाहीदा, और सेंट्रल गवर्नमेंट नूं इह ज़्यादा प्रेशर करन भी पंजाब दी भी बांह फड़न, असीं जिवें तुहानूं पानी दिंदे आ, जे कल नूं पानी उहीं मुक गया, जे दरिया ही सुक गए ते फिर पंजाब तुहानूं पानी कित्थों दे दू, उस कोल अपने कोल भी नहीं होणा। तो थैंक यू वेरी मच जी, इहदे मेरे तुसीं सवाल दा जवाब दे दो। ठीक ठीक, कुनर साहब अपने कॉलर होर जुड़ गए जी, ऑन एयर हो जी तुसीं, पन्नू साहब सत श्री अकाल, ऑन एयर हो तुसीं।
ਕੁਨਰ ਸਾਹਿਬ ਆਪਣੇ ਨਾਲ ਜੁੜੇ ਹੋਏ ਜੀ ਅਸੀਂ ਸਾਡੇ ਐਮਐਲਏ ਗੁਰਮੀਤ ਸਿੰਘ ਕੁਨਰ ਸਾਹਿਬ ਤੋਂ ਇਹ ਪੁੱਛਣਾ ਚਾਹਾਂਗੇ ਕਿ ਗੰਗਾਨਗਰ ਜ਼ਿਲ੍ਹਾ ਇੱਕ ਖੇਤੀ ਪ੍ਰਧਾਨ ਜ਼ਿਲ੍ਹਾ ਵਾ ਔਰ ਇਹ ਬੜਾ ਵੱਡਾ ਜ਼ਿਲ੍ਹਾ ਵਾ ਬੜਾ ਕਣਕ ਸਰੋਂ ਨਰਮਾ ਝੋਨਾ ਸਾਰਾ ਕੁਛ ਇਹ ਰਾਜਸਥਾਨ ਦਾ ਫੂਡ ਬਾਉਲ ਮੰਨਿਆ ਜਾਂਦਾ ਹੈ ਕੀ ਇੱਥੇ ਕੋਈ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਸੂਰਤਗੜ੍ਹ ਦਾ ਰਸ਼ੀਅਨ ਸਟੇਟ ਫਾਰਮ ਹੈ ਜੈਤਸਰ ਫਾਰਮ ਹੈ ਵੱਡੇ ਵੱਡੇ ਫਾਰਮ ਹੈਗੇ ਨੇ ਜਿਹੜਾ ਕਿ ਜਗ੍ਹਾ ਹੈਗੀ ਹੈ ਇੱਥੇ ਕਿਉਂ ਨਾ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਜਾਵੇ ਔਰ ਚਾਹੇ ਸਟੇਟ ਗਵਰਨਮੈਂਟ ਦੀ ਹੋਵੇ ਜਾਂ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਹੋਵੇ ਇਹਦੇ ਵਾਸਤੇ ਇਹਨਾਂ ਦਾ ਕੀ ਪਲਾਨ ਹੈ ਇਹ ਪੁੱਛਣਾ ਚਾਹੁੰਦਾ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਤੁਹਾਡਾ ਜੀ ਦਰਸ਼ਕੋ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਾਡੇ ਨਾਲ ਜੁੜੇ ਹੋਏ ਨੇ ਮਾਣਯੋਗ ਗੁਰਮੀਤ ਸਿੰਘ ਕੁਨਰ ਜੀ ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਲਈ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡਾ ਗੁਰਲਾਲ ਆਪਣੇ ਨਾਲ ਬੜੇ ਹੋਏ ਨੇ ਮਾਣਯੋਗ ਸਰਦਾਰ ਗੁਰਮੀਤ ਸਿੰਘ ਕੁਨਰ ਕੁਨਰ ਸਾਹਿਬ ਮੇਰਾ ਕੁਐਸਚਨ ਤੁਸੀਂ ਬਾਜਵਾ ਸਾਹਿਬ ਡਾਕਟਰ ਇਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਬੇਸਿਕ ਕੁਐਸਚਨ ਇਹ ਸੀਗਾ ਕਿ ਕੁਛ ਨਾ ਕੁਛ ਜਿਹੜੇ ਫੰਡਸ ਹੈ ਰਾਜਸਥਾਨ ਗੌਰਮੈਂਟ ਨੂੰ ਪੰਜਾਬ ਨੂੰ ਦੇਣੇ ਚਾਹੀਦੇ ਤਾਂ ਕਿ ਉਹ ਕਲੀਨਿੰਗ ਦਾ ਕੰਮ ਕਰ ਸਕਣ ਤੁਸੀਂ ਮੈਨੂੰ ਜੇ ਗਲਤ ਹੋਏ ਤਾਂ ਜ਼ਰੂਰ ਟੋਕਣਾ ਮੈਨੂੰ ਲੱਗਦਾ ਮੇਰੀ ਸ਼ੇਖਾਵਾ ਸਾਹਿਬ ਨਾਲ ਗੱਲ ਹੋਈ ਸੀਗੀ ਕੋਈ ਡੇਢ ਮਹੀਨਾ ਉਹ ਕਹਿੰਦੇ ਕਿ ਉੱਥੇ ਫੰਡਸ ਅਵੇਲੇਬਲ ਹੁੰਦੇ ਹੈ ਜਿਹੜੇ ਦਿੱਤੇ ਜਾਂਦੇ ਦੂਜੀ ਗੌਰਮੈਂਟਾਂ ਨੂੰ ਕੀ ਇਹ ਸੱਚਾਈ ਹੈ ਜੀ ਬਿਲਕੁਲ ਸੱਚਾਈ ਹੈ ਪਹਿਲੀ ਗੱਲ ਤਾਂ ਬਾਜਵਾ ਸਾਹਿਬ ਨੂੰ ਮੈਂ ਦੱਸਦਿਆਂ ਕਿ ਸਾਰੇ ਪੰਜਾਬੀਆਂ ਦੇ ਜੀ ਜੋ ਪੰਜਾਬ 'ਚ ਰਹਿੰਦੇ ਆ ਜੀ ਜੀ ਇਹ ਬੜੀ ਗਲਤ ਫਹਿਮੀ ਹੈ ਕਿ ਅਸੀਂ ਰਾਜਸਥਾਨ ਨੂੰ ਅਤੇ ਹਰਿਆਣੇ ਨੂੰ ਪਾਣੀ ਦਿੰਦੇ ਜੀ ਇਹ ਸਾਡਾ ਹਿੱਸਾ ਆ ਰਾਜਸਥਾਨ ਦਾ ਡੈਮ ਦੇ ਵਿੱਚ ਹਿੱਸਾ ਤੈਅ ਹੈ ਪੰਜਾਬ ਹਰਿਆਣੇ ਦਾ ਆਪ ਦਾ ਤੈਅ ਆ ਇਹ ਪਾਣੀ ਹਿਮਾਚਲ 'ਚੋਂ ਆਉਂਦਾ ਹੈ ਜੀ ਜੀ ਪੰਜਾਬ 'ਚੋਂ ਨਹੀਂ ਆਉਂਦਾ ਪੰਜਾਬ ਤਾਂ ਗੁਜ਼ਰ ਕੇ ਆਉਂਦਾ ਹੈਗਾ ਜੀ ਸਾਡੇ ਹਿੱਸੇ ਦਾ ਸਾਨੂੰ ਮਿਲਦਾ ਹੈਗਾ ਕਦੇ ਕਦੇ ਪੰਜਾਬ ਮਿਹਰਬਾਨੀ ਵੀ ਬਹੁਤ ਕਰ ਜਾਂਦਾ ਕਿ ਜਦੋਂ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਸਾਨੂੰ ਪਾਣੀ ਜ਼ਿਆਦਾ ਵੀ ਦੇ ਦਿੰਦੇ ਆ ਬਾਕੀ ਰਹੀ ਜੋ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੀ ਗੱਲ ਸਮੇਂ ਸਮੇਂ 'ਤੇ ਜਦੋਂ ਨਹਿਰਾਂ ਦੀ ਮੁਰੰਮਤ ਹੁੰਦੀ ਹੈ ਰਾਜਸਥਾਨ ਆਪਦਾ ਹਿੱਸਾ ਦਿੰਦਾ ਹਰਿਆਣਾ ਆਪਦਾ ਹਿੱਸਾ ਦਿੰਦਾ ਲੇਕਿਨ ਜੋ ਇਹ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਜੀ ਇਹਦੇ ਵਾਸਤੇ ਪੰਜਾਬ ਕੋਈ ਪਹਿਲ ਹੀ ਨਹੀਂ ਕਰ ਰਿਹਾ ਕਿ ਸਾਨੂੰ ਇਸ ਪੈਸੇ ਦਿਓ ਹਾਲਾਂਕਿ ਦੋਨੋਂ ਸਟੇਟਾਂ ਕਹਿ ਚੁੱਕੀਆਂ ਹਰਿਆਣਾ ਘੱਟ ਪ੍ਰਭਾਵਿਤ ਹੈ ਇਸ ਗੰਦੇ ਪਾਣੀ ਤੋਂ ਜੀ ਰਾਜਸਥਾਨ ਵਾਲੇ ਕਹਿ ਚੁੱਕਿਆ ਕਿ ਤੁਸੀਂ ਕੁਛ ਕੰਮ ਕਰੋ ਜਿਹੜਾ ਜਿਸ ਕੰਮ 'ਚ ਸਾਡਾ ਹਿੱਸਾ ਬਣਦਾ ਜਿਵੇਂ ਬਾਕੀ ਨਹਿਰਾਂ 'ਚ ਪਾਣੀ 'ਚ ਬਣਦਾ ਹੈਗਾ ਉਹ ਸਾਡਾ 45 ਪੈਸੇ ਹਿੱਸਾ ਆਪਣਾ ਹੈਗਾ ਜਿਹੜੀ ਸਰਹੰਦ ਕਨਾਲ ਹੈ ਜੀ ਫਿਰੋਜ਼ਪੁਰ ਫੀਡਰ ਹੈ 55 ਪੈਸੇ ਰੁਪਏ ਉਹਦੇ ਵਿੱਚ ਪਾਣੀ ਆਉਂਦਾ ਹੈਗਾ ਪੰਜਾਬ ਦਾ ਅਤੇ ਉਹ ਸ਼ਰੇਸ਼ੋ ਨਾਲ ਪੈਸੇ ਲੈ ਕੇ ਸਾਡਾ ਕੰਮ ਕਰ ਦਿਓ ਅਤੇ ਇਹਨੂੰ ਸਾਫ਼ ਸਫਾਈ ਕਰ ਦਿਓ ਉਹਨੇ ਪੈਸੇ ਅਸੀਂ ਦੇ ਦਿਆਂਗੇ ਪਰ ਹਾਲੇ ਕੁਛ ਸਾਡੀ ਬਦਕਿਸਮਤੀ ਸਮਝੋ ਇਸ ਪਾਸੇ ਕੰਮ ਹੋਇਆ ਨਹੀਂ ਜੀ ਜੀ ਕੰਮ ਜ਼ਰੂਰ ਕੇਂਦਰ ਸਰਕਾਰ ਵੀ ਇਹ ਨੈਸ਼ਨਲ ਪ੍ਰੋਜੈਕਟ ਹੈ ਜਿੰਨਾ ਹਿੱਸਾ ਕੇਂਦਰ ਦਾ ਬਣਦਾ ਕੇਂਦਰ ਵੀ ਦਿੰਦੀ ਹੈ ਹੁਣ ਬੜਾ ਲੰਬਾ ਚੌੜਾ ਕੰਮ ਹੋਇਆ ਰਾਜਸਥਾਨ ਕਨਾਲ ਦਾ ਜੀ ਜੀ ਉਹ ਕੇਂਦਰ ਸਰਕਾਰ ਨੇ ਵੀ ਪੈਸੇ ਦਿੱਤੇ ਹੈ ਜੀ ਰਾਜਸਥਾਨ ਨੇ ਸਾਰੇ ਪੈਸੇ ਲਾ ਕੇ ਪੰਜਾਬ 'ਚ ਨਹਿਰ ਟੁੱਟ ਨਾ ਜਾਵੇ ਉਹਦੀ ਮੁਰੰਮਤ ਕੀਤੀ ਹੈ ਜੀ ਜੀ ਅੱਜ 60 ਦਿਨਾਂ ਦੀ ਬੰਦੀ ਤੋਂ ਬਾਅਦ ਪਾਣੀ ਹੁਣ ਆਇਆ ਇਹ ਬਾਕੀ ਭਾਈ ਸਾਹਿਬ ਕਹਿੰਦੇ ਗੰਗਾਨਗਰ ਖੇਤੀ ਵਾਲਾ ਜ਼ਿਲ੍ਹਾ ਹੈ ਹਾਂਜੀ ਹਾਂਜੀ ਇੱਥੇ ਕੋਈ ਨਾ ਕੋਈ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਐਗਰੀਕਲਚਰ ਯੂਨੀਵਰਸਿਟੀ ਸ਼ੁਰੂਆਤ ਹੋਈ ਹੈ ਗੰਗਾਨਗਰ ਐਗਰੀਕਲਚਰ ਕਾਲਜ ਮਨਜ਼ੂਰ ਹੋ ਗਿਆ ਇਸ ਵਾਰ ਚਾਲੂ ਹੋ ਗਿਆ ਕਾਲਜ ਚਾਲੂ ਹੋਏਗਾ ਅੱਛੀ ਤਰ੍ਹਾਂ ਸੁਚਾਰੂ ਰੂਪ ਨਾਲ ਚਾਲੂ ਹੋ ਜਾਊਗਾ ਅਤੇ ਪ੍ਰਯਾਸ ਕਰਾਂਗੇ ਗੰਗਾਨਗਰ 'ਚ ਐਗਰੀਕਲਚਰ ਯੂਨੀਵਰਸਿਟੀ ਵੀ ਬਣ ਜਾਏ ਸਮਾਂ ਪਾ ਕੇ ਬਣੂਗੀ ਯੂਨੀਵਰਸਿਟੀ ਨੂੰ ਜ਼ਮੀਨ ਬਹੁਤ ਚਾਹੀਦੀ ਹੈ ਜਿਹੜੇ ਸੂਰਤਗੜ੍ਹ ਫਾਰਮ ਹੈਗਾ ਜੀ ਜੀ ਉਹ ਫਾਰਮ ਰਸ਼ੀਆ ਨਾਲ ਸਾਂਝਾ ਹੈ ਜੀ ਉਹਨਾਂ ਮੁਲਕਾਂ ਦਾ ਹਿੱਸਾ ਹੈ ਵਿੱਚ ਉੱਥੇ ਤਾਂ ਹੱਥ ਨਹੀਂ ਰੱਖਣ ਦਿੰਦੇ ਲੇਕਿਨ ਆਪਾਂ ਨੂੰ ਆਪ ਹੀ ਇੱਥੇ ਡਿਵੈਲਪ ਕਰਨਾ ਪਏਗਾ ਜ਼ਮੀਨ ਲੈਣੀ ਪਏਗੀ ਐਗਰੀਕਲਚਰ ਯੂਨੀਵਰਸਿਟੀ ਚਾਹੀਦੀ ਹੈ ਇਹ ਬਿਲਕੁਲ ਜਾਇਜ਼ ਮੰਗ ਹੈ ਇਲਾਕੇ ਦੀ ਵੀ ਅਤੇ ਇਹਨਾਂ ਦੀ ਵੀ ਅਤੇ ਪ੍ਰਯਾਸ ਕਰਾਂਗੇ ਕਾਲਜ ਚਾਲੂ ਹੋ ਜਾਏ ਐਗਰੀਕਲਚਰ ਹੋ ਗਿਆ ਐਡਮਿਸ਼ਨ ਹੋ ਰਹੇ ਆ ਜੀ ਜੀ ਜਦੋਂ ਇਹਦੇ ਬੀ ਏ ਦੀਆਂ ਫਾਈਨਲ ਕਲਾਸਾਂ ਆਉਣਗੀਆਂ ਅਤੇ ਯੂਨੀਵਰਸਿਟੀ ਲਈ ਵੀ ਜ਼ੋਰ ਲਗਾਵਾਂਗੇ ਯੂਨੀਵਰਸਿਟੀ ਬਣੇ ਇੱਥੋਂ ਦੀ ਫਸਲ ਜਾਂ ਇੱਥੋਂ ਦੇ ਬੱਚਿਆਂ ਨੂੰ ਕੰਮ ਮਿਲੇ ਪੜ੍ਹਾਈ ਮਿਲੇ ਹਾਂਜੀ ਐਗਰੀਕਲਚਰ ਪੜ੍ਹ ਕੇ ਆਪਦੇ ਕੋਈ ਰੁਜ਼ਗਾਰ ਲੱਗਣਗੇ
जी। और डॉक्टर चरणजीत सिंह जी, हाँ जी डॉक्टर चरणजीत सिंह जी पन्नू से जी एक क्वेश्चन कर रहे, ये पिछों 14 बीवी ना बिलोंग करते हैं। कुनर साहब मेरा क्वेश्चन है कि ओवर द पीरियड ऑफ करोना आपां जिहड़ा एरिया है, चाहे वह पंजाब का ले लीए हरियाणे का ले लीए, खास करके जदों आपां नूं अपने एरिए का बहुत चंगी तरह पता है कि छोटा जिमीदार भी है, छोटा दुकानदार भी है, और ईवन जदों लॉकडाउन लग्या सीगा पट्ठे वाले होण, किरियाने वाले होण, छोटी फैक्ट्रियां दे मालक होण, तुसीं तुहाडे आले दुआले तुहानूं सारा बताया, उन्हां नूं बहुत नुकसान होया। दुबारा पैरां ते खड़े होण लई कि राजस्थान गौरमेंट या सेंट्रल गौरमेंट कोई सबसिडीज़ दे रही है ताकि वह बेचारे दुबारा तो पैरां ते आ जाण? नहीं, ऐसा तो कोई हाले तक तो कोई स्कीम मैं सुनी नहीं, केंद्र सरकार दे रही होवे या स्टेट ने कोई बनाया होवे कि लॉकडाउन जो पहला सी वो था सी पूरा लॉकडाउन जी, उस दे बाद खुल गया, लोग अपने पैरां ते आ गए जी जी। हुण जिहड़ा लॉकडाउन है उहदे च कुछ घंटे दुकानां खोलण दा हुक्म है, लेकिन कल तो 10 तरीक को 10 अज ही होगी जी, ते हुण दुकानां पूरी तरह शाम दे 4 बजे तक खुल्या करनगियां, सवेरे 5 बजे तो शाम 4 बजे तक लोग अपने आप पटरी ते आ जाणगे, काम किसे दा बंद नहीं होया। ठीक है, एक कॉल जुड़ गया अपने जी। सत श्री अकाल जी, ਤੁਸੀਂ ਹੋਣ ਹੋ ਰਹੇ ਹੋ, ਕੌਣ ਸਾਹਿਬ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਾਗਰਾ ਬੋਲ ਰਿਹਾ, ਰਣਜੀਤ ਸਿੰਘ ਜੀ ਰਾਜਸਥਾਨ ਤੋਂ ਜੀ। ਨਾਗਰਾ ਸਾਹਿਬ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਕੁਐਸਚਨ ਥੋੜਾ, ਕਈ ਵਾਰੀ ਮੇਰੇ ਪੰਜਾਬ ਦੇ ਲੋਕ ਨਹਿਰਾਂ ਦੇ ਪਾਣੀ ਵਾਸਤੇ ਕਹਿੰਦੇ ਸਾਡਾ ਹਿੱਸਾ ਜ਼ਿਆਦਾ ਆ, ਪੰਜਾਬ ਦੀ ਰਾਜਸਥਾਨ ਨੂੰ ਪਾਣੀ ਬਿਨਾਂ ਗੱਲ ਤੋਂ ਦਿੰਦੇ ਆ, ਸਾਡਾ ਹਿੱਸਾ ਬਣਦਾ, ਰਿਪੇਰੀਆਂ ਲਾ ਆਇਆ ਹੈ। ਠੀਕ ਹੈ ਜੀ, ਉਹਦੇ ਵਾਸਤੇ ਗੱਲ ਕਰਨੀ ਕੁੰਡਰ ਸਾਹਿਬ ਨਾਲ। ਠੀਕ ਹੈ ਜੀ, ਤੁਸੀਂ ਕੁਐਸਚਨ ਪੁੱਛ ਸਕਦੇ ਹੋ, ਆਪਣੇ ਕੋਲ ਇੱਕ ਮਿੰਟ ਦਾ ਟਾਈਮ ਹੀ ਰਹਿ ਗਿਆ ਜੀ। ਕੁੰਡਰ ਸਾਹਿਬ ਆਪਣੇ ਕੋਲ ਮਿੰਟ ਦੋ ਤਿੰਨ ਹੀ ਰਹੇ ਨੇ। ਮੇਰਾ ਲਾਸਟ ਕੁਐਸਚਨ ਮੈਂ ਹਰ ਨੇਤਾ ਨਾਲ ਪੁੱਛਦਾ, ਖਾਸ ਕਰਕੇ ਜਦੋਂ ਪੰਜਾਬ ਦੇ ਆਉਂਦੇ ਵੱਡੇ, ਮੈਂ ਹਰੇਕ ਨੂੰ ਪੁੱਛਦਾ ਹੁੰਦਾ, ਮੈਂ ਤੁਹਾਨੂੰ ਵੀ ਪੂਰੀ ਵਿਦ ਆਲ ਡਿਊ ਰਿਸਪੈਕਟ ਕੁੰਡਰ ਸਾਹਿਬ ਪੁੱਛਦਾ ਕਿ ਖਾਸ ਕਰਕੇ ਮੈਂ ਐਗਜ਼ਾਮਪਲ ਦਊਂਗਾ ਕਿ ਆਪਣੀ ਬੀਵੀ ਨਹਿਰ ਲੈ ਲਈ, ਆਪਾਂ ਕੋਈ ਵੀ ਜਿਹੜਾ ਆਲੇ ਦੁਆਲੇ ਲੈ ਲਈਏ, ਔਰ ਆਪਾਂ ਪੰਜਾਬ ਚਲ ਜਾਈਏ, ਉੱਥੇ ਵੀ ਇਹੀ ਹਾਲ ਹੈ। ਆਪਾਂ ਰੁੱਖ ਪੱਟ ਰਹੇ ਹਾਂ, ਪੱਕੀਆਂ ਸੜਕਾਂ ਬਣਾਉਣਾ ਬਹੁਤ ਚੰਗੀ ਗੱਲ ਹੈ, ਪਰ ਨਹਿਰਾਂ ਦੇ ਆਲੇ ਦੁਆਲੇ ਰੁੱਖ ਪੱਟ ਰਹੇ ਹਾਂ, ਲੋਕ ਜਿਹੜਾ ਹੈਗਾ ਕਿ ਰੁੱਖ ਉਹਨੇ ਲਗਾ ਨਹੀਂ ਰਹੇ। ਤੁਹਾਡਾ ਬੜਾ ਸੋਹਣਾ ਉਪਰਾਲਾ ਹੋਇਆ ਇੱਕ ਦੋ ਦਿਨਾਂ 'ਚ, ਮੈਨੂੰ ਨਿਊਜ਼ ਆਈ ਸੀਗੀ ਕਿ ਤੁਸੀਂ ਲਗਵਾ ਰਹੇ ਹੋ, ਪਰ ਇੰਨੇ ਕੁ ਨਾ ਸਰਨਾ ਨਹੀਂ ਤੁਸੀਂ ਇਹਦੇ ਲਈ। ਲਾਸਟ ਮੇਰਾ ਇਹ ਹੈ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਕਿ ਇਨਵਾਇਰਮੈਂਟ ਬਚਾਇਆ ਜਾ ਸਕੇ, ਗਰਮੀ ਨੂੰ ਘਟਾਇਆ ਜਾ ਸਕੇ। ਦੇਖੋ, ਪੇੜ ਜ਼ਿਆਦਾ ਤੋਂ ਜ਼ਿਆਦਾ ਲਗਾਏ ਜਾਣ ਜੀ, ਇਹ ਮੁਹਿੰਮ ਪੂਰੇ ਰਾਜਸਥਾਨ ਨੇ ਚਲਾ ਰੱਖੀ ਹੈ, ਉਹਦੇ ਵਿੱਚ ਅਸੀਂ ਵੀ ਸ਼ਾਮਿਲ ਹੈ ਜੀ। ਬਹੁਤ ਸਾਰੇ ਪੌਦੇ, ਕਮ ਸੇ ਕਮ 1 ਲੱਖ ਪੌਦਾ 2-4 5-4 ਦਿਨਾਂ 'ਚ ਲੱਗ ਚੁੱਕਾ ਜੀ, ਅਤੇ ਕਿੰਨੇ ਇਹ ਜਿੰਦਾ ਰਹਿੰਦੇ ਹੈ ਕਿੰਨੇ ਨਹੀਂ ਰਹਿੰਦੇ ਉਹ ਬਾਅਦ ਦੀ ਗੱਲ ਹੈ ਜੀ। ਜਿਹੜੇ ਨਹਿਰਾਂ ਦੇ ਬਾਹਰ ਦੀ ਰੁੱਖ ਹੈ ਨਾ ਜੀ ਜੀ ਜੀ, ਇਹ ਰੁੱਖ ਹੋ ਗਏ ਬਹੁਤ ਪੁਰਾਣੇ। ਹੁਣ ਆ ਕੋਈ 5-6 ਦਿਨ ਪਹਿਲਾਂ ਉੱਧਰੋਂ ਦਾ ਆਪਣੇ ਬੀਬੀ ਨਹਿਰ ਆਈ ਜੀ, ਉੱਧਰੋਂ ਝੱਖੜ ਆ ਗਿਆ, ਝੱਖੜ ਆ ਕੇ ਦਰਖਤ ਸਾਰੇ ਨਹਿਰ ਦੇ ਅੰਦਰ ਡਿੱਗ ਗਏ ਜੀ, ਨਹਿਰ ਟੁੱਟਣ ਆ ਗਈ, ਬੰਦ ਕੀਤੀ। ਇੱਕ ਦਿਨ ਉਹਦੀ ਸਫਾਈ ਨੂੰ ਲੱਗਿਆ, ਪਾਣੀ ਛੱਡਿਆ, ਦੂਜੇ ਦਿਨ ਫਿਰ ਝੱਖੜ ਆ ਗਿਆ, ਫਿਰ ਨਹਿਰ ਬੰਦ ਹੋ ਗਈ ਜੀ। ਤੇ ਜਮਾ ਨਹਿਰ ਦੇ ਜਿਹੜੇ ਉੱਪਰ ਨੇੜੇ ਦਰਖਤ ਲੱਗ ਜਾਂਦੇ ਆ ਨਾ ਜੀ ਜੀ, ਉਹ ਕਿਸੇ ਨਾ ਕਿਸੇ ਦੁਰਘਟਨਾ ਦਾ ਕਾਰਨ ਵੀ ਬਣਦੇ ਆ। ਸੜਕ ਵੀ ਨੇ ਇੱਕ ਪਾਸੇ ਨਹਿਰ ਵਿਚਾਲੇ ਪੇੜ ਜੀ, ਕਈ ਵਾਰ ਗੱਡੀ ਵਾਲਿਆਂ ਦੇ ਉੱਤੇ ਵੀ ਕਾਰਾਂ ਜਾਂਦੀਆਂ ਉੱਤੇ, ਉਹਨਾਂ ਦੇ ਵੀ ਡਿੱਗ ਜਾਂਦੇ ਆ ਜੀ ਜੀ ਜੀ। ਦੂਸਰੀ ਗੱਲ ਇਹ ਹੈ ਕਿ ਅਸੀਂ ਇਹਨੂੰ ਜਦੋਂ ਵਰਲਡ ਬੈਂਕ ਤੋਂ ਲੋਨ ਲਿਆ ਨਾ ਜੀ, ਪੱਕੀਆਂ ਬਣਾਉਣ ਵਾਸਤੇ, ਵਰਲਡ ਬੈਂਕ ਦੀ ਇਹ ਸ਼ਰਤ ਸੀ ਕਿ ਨਹਿਰ ਦੀ ਨੇੜੇ ਤੇੜੇ ਪੇੜ ਨਹੀਂ ਹੋਊਗਾ ਜੀ, ਤਾਂ ਅਸੀਂ ਲੋਨ ਦਿਆਂਗੇ ਕਿ ਪੇੜਾਂ ਨਾਲ ਨਹਿਰਾਂ ਟੁੱਟਦੀਆਂ ਜੀ 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 ਜੀ। ਫਿਰ ਵੀ ਉਹ ਲੱਗੇ ਹੋਇਆ, ਵਨ ਵਿਭਾਗ ਲਾਈ ਜਾਂਦਾ ਜੀ, ਜਿੰਨੀ ਕੋਸ਼ਿਸ਼ ਹੁੰਦੀ ਆ ਉਸ ਤੋਂ ਜ਼ਿਆਦਾ ਲੋਕ ਕਰ ਰਹੇ ਆ। ਸਭ ਤੋਂ ਬੜੀ ਗੱਲ ਹੋ ਗਈ ਕਿ ਆਪਣੇ ਖੇਤਾਂ 'ਚ ਜਿਹੜੇ ਦਰਖਤ ਲੱਗਦੇ ਆ ਨਾ ਜੀ, ਉਹਨੂੰ ਲੋਕ ਪੱਟਣ ਲੱਗ ਗਏ। ਬਸ ਕਾਰਨ ਇਹ ਆ ਗਿਆ ਕਿ ਟਰੈਕਟਰਾਂ ਦੀ ਖੇਤੀ ਹੋ ਗਈ ਜੀ ਜੀ, ਟਰੈਕਟਰਾਂ ਦੀ ਖੇਤੀ ਹੋ ਗਈ, ਥੋੜਾ ਜਿਹਾ ਹਲ ਝੇੜਿਆ ਪੱਟ ਕੇ ਉਹ ਮਾਰਦੇ ਆ। ਠੀਕ ਠੀਕ, ਹਲੇ ਸੋਚ ਨਹੀਂ ਬਣੀ ਇਹ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਐਜ਼ ਅ ਲੀਡਰ ਕੁੰਨਰ ਸਾਹਿਬ ਕਾਰਾ ਲਾਈ ਜਾਣੀ ਆ। ਹਾਂ, ਤੁਸੀਂ ਐਜ਼ ਅ ਲੀਡਰ ਕੁੰਨਰ ਸਾਹਿਬ ਜ਼ਰੂਰ ਮੋਰ ਚੱਕਿਓ, ਜਿੰਨੇ ਦਰਖਤ ਹੋ ਸਕੇ ਖੇਤਾਂ 'ਚ ਵੀ, ਹੋਰ ਕਿਤੇ ਵੀ, ਚੱਲ ਨਹਿਰਾਂ ਲਾਗੇ ਨਹੀਂ ਲਾਉਣੇ ਕੋਈ ਗੱਲ ਨਹੀਂ, ਜ਼ਰੂਰ ਲਗਵਾਇਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ, ਇਨਵਾਇਰਮੈਂਟ ਬਚਾਇਆ ਜਾ ਸਕੇ। ਕੁੰਨਰ ਸਾਹਿਬ, ਮੇਰੇ ਕੋਲ ਕੁਐਸਚਨ ਬਹੁਤ ਸੀਗੇ ਆ ਕਿਸਾਨ ਅੰਦਰ ਨੂੰ ਲੈ ਕੇ, ਹੋਰ ਬੜੇ ਇਸ਼ੂਜ਼ ਨੇ ਜਿਹੜੇ ਆਪਣੇ ਲੋਕ ਇੱਥੇ ਕਹਿੰਦੇ ਕਿ ਪੁੱਛੋ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਟਾਈਮ ਕੱਢਿਆ
ਤੁਹਾਡਾ ਬਹੁਤ ਬਹੁਤ ਧੰਨਵਾਦ ਕੁੰਨਰ ਸਾਹਿਬ, ਤੁਸੀਂ ਅਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ। ਮੇਰੇ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਅਤੇ ਪੂਰੀ 25 ਬੀਬੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖਾਸ ਕਰਕੇ ਸਾਡੇ ਪੱਪੂ ਮਾਮਾ ਜੀ ਨੂੰ ਵੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਹੋ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ। ਦਰਸ਼ਕੋ, ਇਹ ਸਨ ਸਰਦਾਰ ਗੁਰਮੀਤ ਸਿੰਘ ਕੁੰਨਰ, ਹਲਕਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਸਾਡੇ ਨਾਲ ਬਣੇ ਹੋਏ। ਬਹੁਤ ਸੋਹਣਾ ਅਲੈਬਰੇਟ ਕੀਤਾ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਕੁਐਸਚਨ ਹੋਰ ਬਹੁਤ ਸੀਗੇ। ਦਰਸ਼ਕੋ, ਕੱਲ੍ਹ ਕਿਸੇ ਨਵੇਂ ਮਹਿਮਾਨ ਨਾਲ ਆਪਾਂ ਤੁਹਾਡੇ ਰੂਬਰੂ ਹੋਵਾਂਗੇ। ਇਸੇ ਤਰ੍ਹਾਂ ਸਾਡੇ ਨਾਲ ਸਾਥ ਦਿੰਦੇ ਰਹੋ ਇਸ ਸ਼ੋਅ ਦਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।